ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਇੱਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਜੀ ਜੰਤ ਦਾ ਭਾਵ ਹੈ ਕਿ ਜਿੰਨੇ ਵੀ ਇਸ ਧਰਤੀ ਦੇ ਉੱਤੇ ਬਨਸਪਤੀ ਪੈਦਾਇਸ਼ ਜੋ ਵੀ ਕੁਝ ਮੌਜੂਦ ਹੈ ਐ ਵਾਹਿਗੁਰੂ ਜੀਵਾਂ ਜਨਤਾ ਨੂੰ ਪਾਲਣ ਵਾਲੇ ਉਹਨਾਂ ਦੀ ਜ਼ਿੰਦਗੀ ਦਾ ਵਸੀਲਾ ਐ ਵਾਹਿਗੁਰੂ ਆਪੇ ਵਰਤਣ ਹਾਰ ਤੂੰ ਆਪ ਹੀ ਸਾਰੀਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ ਇਹ ਸਾਰੇ ਜੀਵਾਂ ਜਨਤਾ ਦੇ ਵਾਹਿਗੁਰੂ ਤੂੰ ਆਪ ਹੀ ਸਾਰੀਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ ਨਾਨਕ ਇੱਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਹਜ਼ੂਰ ਕਹਿੰਦੇ ਨੇ ਇਹ ਨਾਨਕ ਇੱਕ ਵਾਹਿਗੁਰੂ ਹੀ ਸਾਰੀਆਂ ਥਾਵਾਂ ਦੇ ਉੱਤੇ ਪਸਰਿਆ ਹੋਇਆ ਹੈ ਪਰ ਕੀ ਹੈ ਦਾ ਤਰ ਕਹਿੰਦੇ ਨੇ ਦੂਜਾ ਕਹ ਦ੍ਰਿਸ਼ਟਾਰ ਦੂਜਾ ਕੌਣ ਹੈ ਜੋ ਉਹਦੇ ਬਰਾਬਰ ਦਾ ਹੋਵੇ ਤੇ ਦੂਜਾ ਕੌਣ ਹੈ ਜਿਹੜਾ ਇੰਨਾ ਪਸਰਿਆ ਹੋਇਆ ਹੈ ਮਹਾਰਾਜ ਜੀ ਦੀ ਬਾਣੀ ਦਾ ਇੱਕ ਬੋਲ ਸਮਝ ਕੇ ਤੇ ਅਸੀਂ ਅੱਗੇ ਗੱਲ ਕਰਾਂਗੇ ਫਿਰ ਅਸ਼ਟਪਦੀ ਦੇ ਨਾਲ ਜੁੜਾਂਗੇ ਇਹ ਜੋ ਸੰਸਾਰ ਹੈ ਇਹਦੀ ਅਨੇਕਤਾ ਦੇ ਵਿੱਚ ਇਕਤਾ ਹੈ ਪਾਵ ਵੇਖਣ ਨੂੰ ਇੱਕ ਜਾਣੇ ਦੇ ਨਾਲ ਦੂਸਰਾ ਮਿਲਦਾ ਨਹੀਂ ਹੈ ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਉਹਨੇ ਇੱਕ ਵਰਗਾ ਦੂਸਰਾ ਪੈਦਾ ਕੀਤਾ ਹੀ ਨਹੀਂ ਹੈ ਪਰ ਨਾਲ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਕਿ ਜਿੰਨੀ ਮਰਜ਼ੀ ਡਾਈਵਰਸਿਟੀ ਹੋਵੇ ਜਿੰਨੀ ਮਰਜ਼ੀ ਵਿਭਿੰਨਤਾ ਹੋਵੇ ਕਿ ਇੱਕ ਦੂਸਰੇ ਨਾਲ ਨਹੀਂ ਮਿਲਦਾ ਹੈ ਕੋਈ ਇੰਨਾ ਕੁਝ ਵੱਖਰਾ ਹੋਣ ਦੇ ਬਾਵਜੂਦ ਵੀ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ ਜਿੱਦਾਂ ਭੈਣ ਭਰਾਵਾਂ ਦੀ ਆਪਸ ਦੇ ਵਿੱਚ ਸ਼ਕਲ ਨਾ ਮਿਲਦੀ ਹੋਵੇ ਸੁਭਾਅ ਨਾ ਮਿਲਦਾ ਹੋਵੇ ਫਿਰ ਵੀ ਬੱਚੇ ਇੱਕੋ ਹੀ ਮਾਤਾ ਪਿਤਾ ਦੇ ਰਹਿੰਦੇ ਨੇ ਇਦਾਂ ਕੁਦਰਤ ਦੇ ਵਿੱਚ ਆ ਜੋ ਨਜ਼ਰ ਆ ਰਿਹਾ ਹੈ ਸਾਨੂੰ ਵੇਖਣ ਨੂੰ ਵਿਭਿੰਨਤਾ ਹੈ ਡਾਈਵਰਸਿਟੀ ਹੈ ਇੱਕ ਦੂਸਰੇ ਦੇ ਨਾਲ ਦੂਜੀ ਚੀਜ਼ ਨਹੀਂ ਮਿਲਦੀ ਹੈ ਪਰ ਹੈ ਸਾਰਿਆਂ ਦੇ ਅੰਦਰ ਮਹਾਰਜ ਕਹਿੰਦੇ ਨੇ ਆਪ ਹੀ ਵਰਤਣ ਵਾਲਾ ਹੈ ਜਿਹਨੂੰ ਇੱਥੇ ਸਤਿਗੁਰੂ ਕਹਿੰਦੇ ਨੇ ਆਪੇ ਵਰਤਨਹਾਰ ਔਰ ਇਹਨੂੰ ਮਹਾਰਾਜ ਜੀ ਨੇ ਏਦਾਂ ਵੀ ਬੋਲਿਆ ਹੈ ਹਜ਼ੂਰ ਕਹਿੰਦੇ ਸਹਸ ਘਟਾ ਮਹਿ ਏਕ ਆਕਾਸ਼ ਘਟ ਫੂਟੇ ਤੇ ਉਹੀ ਪ੍ਰਗਾਸ ਜਿੱਦਾਂ ਆਪਾਂ ਇੱਕ ਸ਼ਾਇਦ ਕਦੀ ਉਸ ਉਦਾਹਰਣ ਨੂੰ ਵੇਖਿਆ ਹੋਵੇਗਾ ਜ਼ਿੰਦਗੀ ਦੇ ਵਿੱਚ ਹੁਣ ਤੇ ਬਹੁਤ ਘਟ ਗਈ ਹੈ ਉਹ ਕਿਸੇ ਵੇਲੇ ਸੋ ਘੜੇ ਭਰੇ ਹੋਣ ਨਾ ਪਾਣੀ ਦੇ ਨਾਲ ਵੱਧ ਵੀ ਹੋ ਸਕਦੇ ਨੇ ਹਜ਼ਾਰ ਵੀ ਹੋ ਸਕਦੇ ਨੇ ਉਹ ਪਾਣੀ ਦੇ ਨਾਲ ਭਰੇ ਹੋਣ ਤੇ ਉਹਨਾਂ ਦੇ ਉੱਪਰ ਕੋਈ ਢੱਕਣ ਨਾ ਦਿੱਤਾ ਹੋਵੇ ਕਵਰ ਨਾ ਦਿੱਤਾ ਹੋਵੇ ਤੇ ਜਦੋਂ ਚੰ드ਰਮਾ ਰਾਤ ਨੂੰ ਬਿਲਕੁਲ ਉਹਨਾਂ ਘੜਿਆਂ ਦੇ ਉੱਪਰ ਆਉਂਦਾ ਤੇ ਜਿਹੜੇ ਘੜੇ ਦੇ ਵਿੱਚ ਵੇਖਾਂਗੇ ਸਾਨੂੰ ਉੱਥੇ ਹੀ ਚੰ드ਰਮਾ ਨਜ਼ਰ ਆ ਜਾਂਦਾ ਵੀ ਐਸ ਘੜੇ ਦੇ ਵਿੱਚ ਵੀ ਹੈ ਜਿੰਨੇ ਘੜੇ ਨੇ ਉਹਨਿਆਂ ਦੇ ਵਿੱਚ ਹੀ ਚੰ드ਰਮਾ ਨਜ਼ਰ ਆਉਂਦਾ ਹੈ ਮਹਾਰਜ ਕੀ ਕਹਿੰਦੇ ਨੇ ਸਹਸ ਘਟਾ ਮਹਿ ਇੱਕ ਆਕਾਸ਼ ਭਵ ਕੇ ਜਿੰਨੇ ਵੀ ਖੜੇ ਨੇ ਉਹਨਾਂ ਦੇ ਵਿੱਚ ਜਿਹੜਾ ਆਕਾਸ਼ ਹੈ ਨਾ ਨજર ਸਾਰਿਆਂ ਦੇ ਵਿੱਚ ਆਉਂਦਾ ਹੈ ਉਥੇ ਉਹ ਵੱਖ ਲੱਗਦਾ ਹੈ ਪਰ ਉੱਪਰ ਉਹ ਇੱਕ ਹੀ ਹੈ ਘਟ ਫੂਟੇ ਤੇ ਉਹੀ ਪ੍ਰਗਾਸ ਤੇ ਜੇ ਭਲਾ ਖੜੇ ਸਾਰੇ ਤੋੜ ਦਿੱਤੇ ਜਾਣ ਤੇ ਫਿਰ ਆਕਾਸ਼ ਕਿੱਥੇ ਚਲਾ ਜਾਵੇਗਾ ਵਾਪਸ ਉਥੇ ਹੀ ਜਿੱਥੇ ਉਹ ਹੈ ਇਦਾਂ ਮਾਰਗ ਕਹਿੰਦੇ ਨੇ ਕਿ ਵੇਖਣ ਨੂੰ ਜੀਵ ਜੰਤ ਦੀ ਇੱਕ ਦੂਸਰੇ ਨਾਲ ਸ਼ਕਲ ਇੱਕ ਦੂਸਰੇ ਨਾਲ ਸੁਭਾਅ ਨਹੀਂ ਮਿਲਦਾ ਹੈ ਪਰ ਇਨ ਸਾਰਿਆਂ ਦੇ ਵਿੱਚ ਉਹੀ ਵਰਤਣ ਵਾਲਾ ਹੈ ਭਾਈ ਉਹਦੇ ਤੋਂ ਬਿਨਾਂ ਹੈ ਕੋਈ ਹੋਰ ਜਿਹੜਾ ਇਸ ਤਰੀਕੇ ਨਾਲ ਵਰਤ ਸਕਦਾ ਹੋਵੇ ਨਾਨਕ ਇੱਕੋ ਪਸਰਿਆ ਪਸਰੇ ਦਾ ਮਤਲਬ ਹੁੰਦਾ ਹੈ ਜਿਹੜਾ ਖਿਲਰਿਆ ਹੋਇਆ ਹੈ ਫੈਲਿਆ ਹੋਇਆ ਹੈ ਦੂਜਾ ਕਹ ਦ੍ਰਿਸ਼ਟਾਰ ਦੂਜਾ ਕਿੱਥੇ ਨਜ਼ਰ ਆਉਂਦਾ ਹੈ ਫਿਰ ਮਹਾਰਾਜ ਕਹਿੰਦੇ ਨੇ ਅਸ਼ਟਪਦੀ ਇੱਥੇ ਇਹੀ ਰੂਪ ਹੈ ਕਿ ਮਾਲਕ ਆਪ ਹੀ ਜੀਵਨ ਦੇ ਵਿੱਚ ਵਿਆਪਕ ਹੈ ਉਹਦੀ ਹੀ ਵਿਆਖਿਆ ਚੱਲਦੀ ਪਈ ਹੈ ਅਸ਼ਟਪਦੀ ਆਪ ਕਥੈ ਆਪ ਸੁਨਣੇ ਹਾਰ ਮਰਦ ਕਹਿੰਦੇ ਨੇ ਆਪ ਜੀਵਾਂ ਦੇ ਵਿੱਚ ਬੈਠਾ ਬੋਲਦਾ ਹੈ ਤੇ ਜੀਵਾਂ ਤੇ ਵਿੱਚ ਬੈਠਾ ਸੁਣਦਾ ਵੀ ਆਪ ਹੈ ਇਹਨੂੰ ਬੜੇ ਅਗਲੇ ਜੇ ਲੈਵਲ ਦੇ ਉੱਤੋਂ ਸੋਚਿਆ ਜਾਂਦਾ ਹੁੰਦਾ ਹੈ ਜਿੱਥੇ ਸਾਨੂੰ ਇੰਜ ਲੱਗੇਗਾ ਕਿ ਇੱਕ ਬੰਦਾ ਦੂਸਰੇ ਦਾ ਵਿਰੋਧੀ ਹੈ ਇੱਕ ਬੰਦਾ ਦੂਜੇ ਦੀ ਗੱਲ ਨਹੀਂ ਸੁਣਦਾ ਪਿਆ ਪਰ ਅਸਲ ਦੇ ਵਿੱਚ ਮਰਦ ਕਹਿੰਦੇ ਨੇ ਕਿ ਰੱਬ ਆਪਣੀ ਕਲਾਈ ਵਰਤਾ ਰਿਹਾ ਹੈ ਇੱਕ ਦੇ ਵਿੱਚ ਬੈਠਾ ਉਹ ਗੱਲਾਂ ਨੂੰ ਸੁਣਦਾ ਹੈ ਦੂਜੇ ਵਿੱਚ ਬੈਠਾ ਉਹ ਬੋਲਦਾ ਹੈ ਗੱਲਾਂ ਨੂੰ ਆਪ ਕਥੈ ਆਪ ਸੁਨਣੇ ਹਾਰ ਆਪਹਿ ਏਕ ਆਪ ਵਿਸਥਾਰ ਭਾਈ ਇੱਕ ਵੀ ਉਹ ਆਪ ਹੀ ਹੈ ਜਦੋਂ ਉਹਦਾ ਕੋਈ ਵਿਸਥਾਰ ਨਹੀਂ ਹੋਇਆ ਹੁੰਦਾ ਜੋ ਅਸੀਂ ਕੱਲ ਸਾਰੀ ਅਸ਼ਟਪਦੀ ਦੇ ਵਿੱਚ ਵਿਚਾਰਿਆ ਹੈ ਉਹ ਇੱਕ ਵੀ ਆਪ ਹੈ ਤੇ ਆਜੂ ਸੰਸਾਰ ਦਾ ਵਿਸਥਾਰ ਹੋ ਜਾਂਦਾ ਹੈ ਇਸ ਵਿਸਥਾਰ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ ਇੱਕ ਵੀ ਉਹ ਆਪ ਹੈ ਵਿਸਥਾਰ ਵੀ ਆਪ ਹੈ ਜਾਂ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ ਮਾਰਦ ਕਹਿੰਦੇ ਜਿੱਦਣ ਜਦੋਂ ਰੱਬ ਨੂੰ ਚੰਗਾ ਲੱਗਦਾ ਹੈ ਜਦੋਂ ਉਹ ਨੂੰ ਪਾਉਂਦਾ ਹੈ ਤਾਂ ਸ੍ਰਿਸ਼ਟ ਉਪਾਏ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ ਉਹ ਨੂੰ ਕਿਸੇ ਦੇ ਕੋਲੋਂ ਸਲਾਹ ਥੋੜਾ ਲੈਣੀ ਪੈਣੀ ਹੈ ਕਿ ਮੈਂ ਆਹ ਕੰਮ ਕਰਨਾ ਹੈ ਤੇ ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੁੰਦਾ ਹਾਂ ਹਜ਼ੂਰ ਕਹਿੰਦੇ ਬਿਓ ਪੂਸ਼ ਨ ਮਸਲਤ ਧਰੈ ਜੋ ਕਿਛ ਕਰੈ ਸੋ ਆਪਹਿ ਕਰੈ ਉਹਨੇ ਜੋ ਕੁਝ ਕਰਨਾ ਆਪਣੀ ਮਰਜ਼ੀ ਦੇ ਨਾਲ ਹੀ ਕਰ ਦੇਣਾ ਜਿੱਦਣ ਉਹਦੀ ਇੱਛਾ ਹੈ ਸੰਸਾਰ ਪੈਦਾ ਕਰਨ ਦੀ ਉਹਨੇ ਸੰਸਾਰ ਪੈਦਾ ਕਰ ਦਿੱਤਾ ਹਜ਼ੂਰ ਕਹਿੰਦੇ ਨੇ ਜਾਂ ਤਿਸ ਭਾਵੈ ਜਾਂ ਭਾਵ ਕੇ ਜਦੋਂ ਰੱਬ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟ ਉਪਾਏ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ ਆਪਣੇ ਭਾਣੇ ਲਈ ਸਮਾਏ ਤੇ ਮਰਦ ਕਹਿੰਦੇ ਆਪਣੇ ਭਾਣੇ ਦੇ ਵਿੱਚ ਹੀ ਕੀ ਕਰ ਦਿੰਦਾ ਹੈ ਸ੍ਰਿਸ਼ਟੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਇਦਾਂ ਸਮਝ ਲਈਏ ਸ੍ਰਿਸ਼ਟੀ ਦਾ ਇੱਕ ਚੱਕਰ ਹੈ ਜੋ ਬੰਦੇ ਦੇ ਨਾਲ ਵਾਪਰਦਾ ਹੈ ਕਿ ਮਾਲਕ ਨੇ ਚਾਹਿਆ ਤੇ ਜਨਮ ਹੋ ਗਿਆ ਮਾਲਕ ਨੇ ਚਾਹਿਆ ਤੇ ਜ਼ਿੰਦਗੀ ਖਤਮ ਹੋ ਜਾਵੇਗੀ ਆ ਬਿਲਕੁਲ ਬ੍ਰਹਮੰਡ ਵੀ ਉਸੇ ਚੀਜ਼ ਦੇ ਵਿੱਚ ਹੀ ਚੱਲਦਾ ਹੈ ਜਿੱਦਣ ਉਹਦੀ ਇੱਛਾ ਹੈ ਉਹ ਚੱਲੇਗਾ ਜਿੱਦਣ ਉਹਦੀ ਇੱਛਾ ਹੈ ਇਹ ਸਾਰਾ ਕੁਝ ਖਤਮ ਹੈ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਐ ਵਾਹਿਗੁਰੂ ਤੇਰੇ ਤੋਂ ਵਕ ਕੁਝ ਨਹੀਂ ਹੋ ਸਕਦਾ ਭਵ ਤੇਰੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਹੈ ਅਪਨ ਸੂਤ ਸਭ ਜਗਤ ਪਰੋਏ ਆਪਣੇ ਸੂਤ ਦੇ ਵਿੱਚ ਤੂੰ ਸਾਰੇ ਜਗਤ ਨੂੰ ਪੁਰੋਆ ਹੋਇਆ ਹੈ ਸੂਤ ਦਾ ਵੈਸੇ ਅਰਥ ਹੁੰਦਾ ਹੈ ਇੱਕ ਧਾਗਾ ਸੂਤਰ ਜਿਸ ਨੂੰ ਕਿਹਾ ਜਾਂਦਾ ਹੈ ਜਿੱਦਾਂ ਮਾਲਾ ਹੁੰਦੀ ਹੈ ਤੇ ਮਾਲਾ ਦੇ ਵਿੱਚ ਇੱਕ ਧਾਗਾ ਪੁਰੋਆ ਹੁੰਦਾ ਹੈ ਅਸੀਂ ਉਹਨਾਂ ਨੂੰ ਵੇਖੋ ਕਿ ਘੁਮਾ ਵੀ ਲੈਨੇ ਹ ਕੱਲੇ ਕੱਲੇ ਮੋਤੀ ਨੂੰ ਮੰਣ ਕੇ ਨੂੰ ਤੇ ਚਾਹੀਏ ਤੇ ਸਾਰੀ ਮਾਲਾ ਦੇ ਵਿੱਚ ਘੁਮਾ ਦਈਏ ਪਰ ਤੁਸੀਂ ਇੱਕ ਚੀਜ਼ ਨੂੰ ਵੇਖੋਗੇ ਕਿ ਉਹ ਮੋਤੀ ਭਾਵੇਂ ਇੱਕ ਇੱਕ ਵੱਖਰਾ ਹੈ ਦੂਸਰੇ ਦੇ ਨਾਲੋਂ ਪਰ ਉਹ ਬੱਜੇ ਹੋਏ ਨੇ ਇੱਕ ਧਾਗੇ ਦੇ ਨਾਲ ਇੱਕ ਧਾਗੇ ਦੇ ਵਿੱਚ ਨੇ ਜੇ ਧਾਗਾ ਖਤਮ ਹੋ ਜਾਵੇ ਤੇ ਮਾਲਾ ਹੋਵੇ ਹੀ ਨਾ ਬਿਲਕੁਲ ਇਦਾਂ ਇੱਕ ਚੀਜ਼ ਹੈ ਜਿਹੜੀ ਹੁਣ ਸਾਨੂੰ ਅਕਸਰ ਵੇਖਣ ਨੂੰ ਮਿਲਦੀ ਹੋਵੇਗੀ ਜਦੋਂ ਦੀਵਾਰ ਬਣਾਈ ਜਾਂਦੀ ਹੈ ਕੋਈ ਵੀ ਘਰ ਦੇ ਵਿੱਚ ਕੰਸਟਰਕਸ਼ਨ ਹੁੰਦੀ ਹੈ ਤੇ ਜਿਹੜੀ ਦੀਵਾਰ ਹੈ ਉਹਨੂੰ ਸਿੱਧਾ ਰੱਖਣ ਦੇ ਲਈ ਦੋ ਸਿਰਿਆਂ ਦੇ ਉੱਤੇ ਇੱਕ ਧਾਗਾ ਬੰਨ੍ਹ ਦਿੱਤਾ ਜਾਂਦਾ ਜਿਹਨੂੰ ਸੂਤਰ ਕਿਹਾ ਜਾਂਦਾ ਹੈ ਫਿਰ ਇਟਾਂ ਭਾਵੇਂ 100 ਹੋਣ دیوار ਦੇ ਵਿੱਚ ਤੇ ਭਾਵੇਂ 10 ਹੋਣ ਉਹ ਜਿੰਨੀਆਂ ਹੋਣਗੀਆਂ ਉਹਨਾਂ ਸਾਰੀਆਂ ਨੂੰ ਉਸ ਧਾਗੇ ਦੇ ਹਿਸਾਬ ਦੇ ਨਾਲ ਸੂਤਰ ਦੇ ਹਿਸਾਬ ਦੇ ਨਾਲ ਰੱਖਿਆ ਜਾਂਦਾ ਹੈ ਇਟਾਂ ਸਾਰੀਆਂ ਵੱਖ-ਵੱਖ ਨੇ ਪਰ ਚਲਦੀਆਂ ਕਿਹਦੇ ਅਧੀਨੇ ਨੇ ਇੱਕ ਸੂਤਰ ਦੇ ਅੰਦਰ ਜਿਹੜੇ ਆ ਉਹਦੇ ਅਕੋਰਡਿੰਗ ਚਲਦੀਆਂ ਪਈਆਂ ਨੇ ਉਹਨੂੰ ਮਾਰਦ ਕਹਿੰਦੇ ਨੇ ਏਦਾਂ ਸ੍ਰਿਸ਼ਟੀ ਵੇਖਣ ਨੂੰ ਸਾਰਾ ਕੁਝ ਵੱਖ ਲੱਗਦੀ ਪਈ ਹੈ ਵੀ ਉਹਨੂੰ ਲੱਗਦਾ ਵੀ ਆ ਵੀ ਆਪਣੀ ਮਰਜ਼ੀ ਦੇ ਵਿੱਚ ਕਰੀ ਜਾਂਦਾ ਆ ਵੀ ਆਪਣੀ ਮौज ਦੇ ਵਿੱਚ ਤੁਰਿਆ ਫਿਰਦਾ ਪਰ ਇਹਨਾਂ ਸਾਰਿਆਂ ਦੇ ਪਿੱਛੇ ਸੂਤਰ ਇੱਕ ਮਾਲਕ ਹੈ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜਿਉ ਆਪ 부ਝਾਏ ਮਰਦ ਕਹਿੰਦੇ ਜਿੰਨੂੰ ਵਾਹਿਗੁਰੂ ਜੀ ਆਪ ਆਪਣੇ ਬਾਰੇ ਸੋਝੀ ਬਖਸ਼ਦਾ ਹੈ ਕਿ ਸ੍ਰਿਸ਼ਟੀ ਚੱਲਦੀ ਕਿੱਦਾਂ ਪਈ ਹੈ ਸੱਚ ਨਾਮ ਸੋਈ ਜਨ ਪਾਏ ਉਹ ਫਿਰ ਬੰਦਾ ਵਾਹਿਗੁਰੂ ਦੇ ਨਾਮ ਨੂੰ ਪਾਉਂਦਾ ਹੈ ਇਹ ਵੀ ਮਾਲਕ ਬਖਸ਼ਿਸ਼ ਕਰੇ ਤੇ ਸੋ ਸਮਦਰਸੀ ਤਤ ਕਾ ਬੇਤਾ ਮਰਦ ਕਹਿੰਦੇ ਸਮਦਰਸੀ ਹੋ ਜਾਂਦਾ ਹੈ ਫਿਰ ਸਮ ਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ ਹੁਣ ਉਹਨੂੰ ਪਤਾ ਲੱਗ ਗਿਆ ਕਿ ਭਾਈ ਵੇਖਣ ਨੂੰ ਵੱਖ ਨਜ਼ਰ ਆ ਰਿਹਾ ਹੈ ਜੋਕ ਜਿਹਾ ਪਰ ਇਹਦੇ ਪਿੱਛੇ ਇੱਕ ਚੀਜ਼ ਵਰਤਦੀ ਪਈ ਹੈ ਉਹ ਇੱਕ ਮਾਲਕ ਵਰਤਦਾ ਪਿਆ ਹੈ ਇਹ ਵੀ ਵਿਪਿੰਨਤਾ ਤੇ ਹੈ ਪਰ ਵਿਪਿੰਨਤਾ ਦੇ ਵਿੱਚ ਵੀ ਬੜੀ ਕਮਾਲ ਦੀ ਚੀਜ਼ ਹੈ ਜਿਹਨੂੰ ਅਸੀਂ ਇਹਨਾਂ ਬਚਨਾਂ ਦੇ ਵਿੱਚ ਵੀ ਪੜ੍ਹਦੇ ਹਾਂ Hindu Turk koi Rafizi Imam Safi manas ki jaat sabai ek hai pehchanab ਤੇ ਮਹਾਰਾਜ ਜੀ ਨੇ ਤੇ ਇੱਥੋਂ ਤੱਕ ਵੀ ਗੱਲ ਇਦਾਂ ਲਿਖੀ ਹੋਈ ਹੈ ਵੀ ਤੁਸੀਂ ਵੇਖੋਗੇ ਕਿ ਹਜ਼ੂਰ ਕਹਿੰਦੇ ਕਤਹੂ ਸੁਚੇਤ ਹੋ ਕੇ ਚੇਤਨਾ ਕੋ ਚਾਰਕਿਓ ਕਤਹੂ ਅਚਿੰਤ ਹੋ ਕੇ ਸਵਤ ਅਚੇਤ ਹੋ। ਭੀ ਕਿਤੇ ਸੱਚੇ ਪਾਤਸ਼ਾਹ ਤੂੰ ਐਡੇ ਕਮਾਲ ਦਾ ਹੈ। ਭੀ ਤੂੰ ਚੰਗਾ ਭਲਾ ਚੇਤਨ ਹੈ। ਬੜਾ ਜਾਗਿਆ ਪਿਆ ਹੈ ਲੋਕਾਂ ਦੇ ਵਿੱਚ। ਕਤਹੂ ਸੁਚੇਤ ਹੋਏ ਕਾ ਬੜਾ ਸੁਚੇਤ ਲੱਗਦਾ ਹੈ। ਕਿ ਉਹਨਾਂ ਬੰਦਿਆਂ ਵੱਲ ਵੇਖ ਕੇ ਲੱਗਦਾ ਹੀ ਨਹੀਂ ਭੀ ਬੰਦੇ ਅਵੇਸਲੇ ਨੇ। ਕਤੁਹ ਅਚਿੰਤ ਹੋਏ ਕਿ ਸੋਵਤ ਅਚੇਤ ਹੋ ਤੇ ਕਈਆਂ ਦੇ ਵਿੱਚ ਕੁਝ ਬੰਦੇ ਇਦਾਂ ਦੇ ਨੇ ਬਿਲਕੁਲ ਨਿਸ਼ਚਿੰਤ ਹੋ ਕੇ ਬਸ ਸੁੱਤੇ ਹੀ ਰਹਿੰਦੇ ਨੇ ਅਵੇਸਲੇ ਹੋਏ ਰਹਿੰਦੇ ਨੇ ਬਿਲਕੁਲ ਉਦੋਂ ਤੋਂ ਉਲਟ ਗੱਲ ਚਲੀ ਗਈ ਕਤੁਹ ਅਚਿੰਤ ਹੋਏ ਕਿ ਸੇਵਤ ਸੋਵਤ ਅਚੇਤ ਹੋ ਕਤੁਹ ਭਿਖਾਰੀ ਹੋਏ ਕਿ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕਿ ਮੰਗਿਓ ਦੰ ਮੰਗਿਓ ਧਨ ਦੇਤ ਹੋ ਵੀ ਕਿਤੇ ਤ ਤੂੰ ਜਿਹੜਾ ਹੈ ਉਹ ਭਿਖਾਰੀ ਹੋ ਕੇ ਭੀਖ ਮੰਗਦਾ ਪਿਆ ਹੈ ਤੇ ਕਿਤੇ ਤੂੰ ਦਾਤਾ ਬਣ ਕੇ ਦਾਨ ਕਰੀ ਜਾ ਰਿਹਾ ਹੈ ਹਜ਼ੂਰ ਨੇ ਬੋਲਿਆ ਹੈ ਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਕੌਣ ਹੈ ਕਿਸੇ ਦੀ ਇੱਛਾ ਹੈ ਵੀ ਮੈਂ ਭਿਖਾਰੀ ਬਣ ਜਾਵਾਂ ਤੇ ਕਿਸੇ ਦੀ ਇੱਛਾ ਹੋਵੇ ਵੀ ਮੈਂ ਬੜਾ ਵੱਡਾ ਦਾਤਾ ਹਾਂ ਹਜ਼ੂਰ ਕਹਿੰਦੇ ਅਸਲ ਦੇ ਵਿੱਚ ਆਪ ਹੀ ਵਰਤਦਾ ਪਿਆ ਹੈ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਸ਼ੀਨ ਸ਼ਿਤ ਲੇਤ ਸੱਚੇ ਪਾਤਸ਼ਾਹ ਕਿਤੇ ਤੇ ਤੂੰ ਮਹਾਰਾਜਿਆਂ ਨੂੰ ਜ਼ਮੀਨਾਂ ਮੰਡੀ ਜਾਨਣਾ ਹੈ ਵੀ ਹੋਰ ਜਿੱਤਦੇ ਰਹਿੰਦੇ ਨੇ ਹੋਰ ਇਲਾਕੇ ਜਿੱਤ ਲੈਂਦੇ ਨੇ ਤੇ ਕਈਆਂ ਦੇ ਕੋਲ ਪਹਿਲੀਆਂ ਇਕੱਠੀਆਂ ਕੀਤੀਆਂ ਵੀ ਖੁਸ਼ ਜਾਂਦੀਆਂ ਨੇ ਕਹੂੰ ਮਹਾਰਾਜਨ ਕੋ ਦੀਜਤ ਅਨੰਤ দান ਕਹੂੰ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗਨ ਅਤੀਤ ਕਹੂੰ ਸਰਗੁਣ ਸਮੇਤ ਹੋ ਸੱਚੇ ਪਾਤਸ਼ਾ ਕਿਤੇ ਤੂੰ ਵੇਦਾਂ ਦੀਆਂ ਰੀਤੀਆਂ ਕਰਦਾ ਫਿਰਦਾ ਹੈ ਪਵਕੇ ਉਹ ਲੋਕ ਜਿਹੜੇ ਵੇਦ ਅਨੁਸਾਰੀ ਜੀਵਨ ਜਿੰਦੇ ਨੇ ਉਹਨਾਂ ਦੇ ਵਿੱਚ ਕਿਤੇ ਤੂੰ ਵਰਤਦਾ ਹੈ ਤੇ ਕਿਤੇ ਬਿਲਕੁਲ ਹੀ ਤੂੰ ਉਹਨਾਂ ਰੋਕਾਂ ਦੇ ਵਿੱਚ ਵਰਤਦਾ ਹੈ ਕਾਹੂ ਤਾਸਿਓ ਵਿਪਰੀਤ ਕਿਤੇ ਬਿਲਕੁਲ ਹੀ ਇਹਨਾਂ ਰੀਤੀਆਂ ਤੋਂ ਉਲਟ ਚੱਲਦਾ ਪਿਆ ਹੈ ਪਰ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਿਤੇ ਤੂੰ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੋ ਕਿਤੇ ਕਿਤੇ ਤੂੰ ਸਰਗੁਣ ਹੋ ਕਿ ਜੀਵਾਂ ਦੇ ਵਿੱਚ ਵਿਆਪਕ ਹੈ ਇਹਦਾ ਭਾਵ ਕੀ ਹੈ ਜਦੋਂ ਮੈਂ ਸਮਦਰਸੀ ਨਹੀਂ ਹਾਂ ਅਜੇ ਪ੍ਰੈਕਟੀਕਲ ਦੇ ਵਿੱਚ ਨਹੀਂ ਹੈ ਤੇ ਸਿਰਫ ਇੱਕ ਥਿਉਰੀ ਦੀ ਬੋਲੀ ਜਾ ਰਹੀ ਹੈ ਮੈਂ ਕਹਿ ਦੇਵਾਂ ਸਮਦਰਸੀ ਹੋਣ ਦਾ ਮਤਲਬ ਹੀ ਇਹ ਹੈ ਕਿ ਜੀ ਦੇ ਵਿੱਚ ਮੈਨੂੰ ਵੱਖਰੇ ਤੇ ਹੈ ਨੇ ਪਰ ਵੱਖਰੇ ਹੋਣ ਤੋਂ ਬਾਅਦ ਵੀ ਮੈਨੂੰ ਕੀ ਇੱਕ ਨਜ਼ਰ ਆ ਰਹੇ ਨੇ ਕਦੀ ਵੀ ਸ੍ਰਿਸ਼ਟੀ ਇਦਾਂ ਇੱਕ ਨਜ਼ਰ ਨਹੀਂ ਆਉਂਦੀ ਹੁੰਦੀ ਵੀ ਸਾਰੇ ਇੱਕੋ ਜਿਹੇ ਹੋ ਜਾਣ ਜਿੱਥੇ ਸਾਰੇ ਇੱਕ ਜਿਹੇ ਹੋ ਗਏ ਉੱਥੇ ਦੁਨੀਆ ਨਹੀਂ ਚੱਲ ਸਕਦੀ ਅਸੀਂ ਕੱਲ ਵੀ ਵਿਚਾਰਿਆ ਹੈ ਸ੍ਰਿਸ਼ਟੀ ਚਲਾਉਣ ਲਈ ਦੋ ਗੱਲਾਂ ਚਾਹੀਦੀਆਂ ਹੀ ਚਾਹੀਦੀਆਂ ਨੇ ਇੱਥੇ ਦੋ ਹੋਣਗੇ ਤੇ ਸ੍ਰਿਸ਼ਟੀ ਚੱਲੇਗੀ ਪਰ ਉਹਨਾਂ ਦੋਵਾਂ ਦੇ ਵਿੱਚੋਂ ਜਿਨੇ ਇੱਕ ਨੂੰ ਵੇਖ ਲਿਆ ਹੈ ਸਮਝ ਲਓ ਉਹਦੀ ਨਿਗਾ ਬਰਾਬਰ ਹੋ ਗਈ ਹੈ ਉਹਨੂੰ ਮਹਾਰਜ ਕਹਿੰਦੇ ਨੇ ਸੋਸ਼ ਸਮਦਰਸੀ ਤਤਕਾ ਬੇਤਾ ਉਹ ਹੈ ਅਸਲ ਦੇ ਵਿੱਚ ਸਮਦਰਸੀ ਜਿਨੇ ਇੱਕ ਜਿਹਦੇ ਸਾਹਮਣੇ ਇੱਕ ਹੈ ਤੇ ਉਹਨੇ ਤੇ ਇੱਕ ਨੂੰ ਵੇਖਣਾ ਹੀ ਹੈ ਮੌਜ ਤੇ ਤਾਂ ਹੈ ਵੀ ਬੰਦੇ ਨੂੰ ਦੋਵਾਂ ਦੇ ਵਿੱਚੋਂ ਵੀ ਇੱਕ ਨਜ਼ਰ ਆਵੇ ਫਿਰ ਤੇ ਬੰਦੇ ਨੂੰ ਪਤਾ ਲੱਗੇ ਕਿ ਇਹਦੇ ਵਿੱਚ ਫਰਕ ਹੈ ਤੇ ਫਰਕ ਤੋਂ ਬਾਅਦ ਇੱਕ ਨਜ਼ਰ ਆਵੇ ਉਹਨੂੰ ਸਮਦ੍ਰਿਸ਼ਟੀ ਵਾਲਾ ਕਿਹਾ ਜਾਂਦਾ ਹੈ ਕਿ ਹਾਂ ਇਹ ਬਰਾਬਰ ਵੇਖਣ ਵਾਲਾ ਹੈ ਹਜ਼ੂਰ ਕਹਿੰਦੇ ਨੇ ਜਿੰਨੂੰ ਵਾਹਿਗੁਰੂ ਆਪਣੇ ਬਾਰੇ ਸਮਝ ਦਿੰਦਾ ਹੈ ਉਹ ਨਾਮ ਨੂੰ ਪਾਉਂਦਾ ਹੈ ਉਹੀ ਹੈ ਸਮਦਰਸੀ ਤਤ ਕਾ ਬੇਤਾ ਭਗ ਕੇ ਰੱਬ ਨੂੰ ਜਾਣਨ ਵਾਲਾ ਹੈ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਦਾ ਉਹ ਜੇਤੂ ਹੈ ਫਿਰ ਵੇਖੋ ਜੀ ਜੰਤਰ ਸਭ ਤਾਕੈ ਹਾਥ ਇਹ ਜਿੰਨੇ ਵੀ ਜੀਵ ਜੰਤ ਨੇ ਇਹ ਸਾਰੇ ਮਾਲਕ ਦੇ ਹੱਥ ਦੇ ਵਿੱਚ ਨੇ ਉਹਦੇ ਵਸ ਦੇ ਵਿੱਚ ਨੇ ਇਦਾਂ ਕਹਿ ਲਈਏ ਕਿ ਬੰਦੇ ਨੂੰ ਲੱਗਦਾ ਨਾ ਕਿ ਮਰਜ਼ੀਆਂ ਮੈਂ ਕਰਦਾ ਫਿਰਦਾ ਹਾਂ ਪਰ ਇੱਕ ਪੱਕੀ ਡੋਰ ਉਹਨੇ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਆ ਜਿੱਦਣ ਚਾਵੇ ਤੇ ਖਿੱਚ ਕੇ ਵਾਪਸ ਆਪਣੇ ਵੱਲ ਕਰ ਲਵੇ ਇਦਾਂ ਕਹਿ ਲਈਏ ਕਿ ਹੈ ਸਾਰਾ ਕੁਝ ਮੇਰਾ ਹੈ ਪਰ ਕਬਜ਼ਾ ਮੇਰਾ ਨਹੀਂ ਹੈ ਸਾਰਾ ਕੁਝ ਸਾਡਾ ਹੀ ਹੈ ਪਰ ਮਰਜ਼ੀ ਸਾਡੀ ਨਹੀਂ ਚੱਲਦੀ ਇਹਦੇ ਉੱਤੇ ਸਾਰੀ ਜ਼ਿੰਦਗੀ ਕਵਾਂਗੇ ਮੇਰਾ ਮੇਰਾ ਤੇ ਕਿੱਥੇ ਚਲਾ ਗਿਆ ਸਾਡੇ ਕੋਲ ਕੀ ਇਹਦਾ ਪ੍ਰੂਫ ਹੈ ਕਿ ਅਸੀਂ ਇਹਨੂੰ ਸੰਭਾਲ ਲਵਾਂਗੇ ਜੀ ਜੰਤਰ ਸਭ ਤਾਕੈ ਹਾਥ ਦੀਨ ਦਇਾਲ ਅਨਾਥ ਕੋ ਨਾਥ ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਦਇਾਲ ਹੈ ਅਨਾਥ ਕੋ ਨਾਥ ਅਨਾਥਾਂ ਦਾ ਨਾਥ ਹੈ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਦਾ ਮਾਲਕ ਹੈ ਜਿਸ ਰੱਖ ਹੈ ਤਿਸ ਕੋਈ ਨਾ ਮਾਰੇ ਜਿਹਨੂੰ ਮਾਲਕ ਨੇ ਬਚਾਉਣਾ ਹੈ ਨਾ ਹਜ਼ੂਰ ਕਹਿੰਦੇ ਉਹਨੂੰ ਕੋਈ ਨਹੀਂ ਮਾਰ ਸਕਦਾ ਛਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਹਜ਼ੂਰ ਕਹਿੰਦੇ ਨੇ ਜਿਸ ਰਾਖਾ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋਂ ਬਿਸਾਰੇ 임ਾਰਤ ਜੀ ਦੀ ਪੰਕਤੀ ਬੜੇ ਕਮਾਲ ਦੀ ਹੈ ਪਰ ਕਹਿੰਦੇ ਉਹ ਬੰਦਾ ਮਰ ਜਾਂਦਾ ਹੈ ਜਿਹਨੂੰ ਰੱਬ ਚੇਤੇ ਭੁਲਾ ਦਿੰਦਾ ਹੈ ਇੱਕ ਤੇ ਹੁੰਦੇ ਨੇ ਵੀ ਬੰਦੇ ਨੇ ਰੱਬ ਭੁਲਾ ਦਿੱਤਾ ਹੈ ਵੀ ਮੈਨੂੰ ਰੱਬ ਚੇਤੇ ਨਹੀਂ ਆਉਂਦਾ ਇੱਕ ਇਹੋ ਜਿਹੇ ਬੰਦੇ ਹੁੰਦੇ ਨੇ ਵਾਹਿਗੁਰੂ ਬਖਸ਼ ਲਵੇ ਸਮਝ ਲਓ ਵੀ ਰੱਬ ਨੇ ਭੁਲਾ ਦਿੱਤਾ ਤੇ ਜਾ ਜਾ ਕੇ ਨੌਜਾਂ ਕਰ ਸਤਿਗੁਰੂ ਕਹਿੰਦੇ ਉਹ ਅਸਲ ਦੇ ਵਿੱਚ ਮਰਿਆ ਹੋਇਆ ਬੰਦਾ ਹੈ ਸਾਹ ਭਾਵੇਂ ਲਈ ਜਾਂਦਾ ਹੈ ਉਹ ਮਰਿਆ ਹੋਇਆ ਹੀ ਤੁਰਦਾ ਹੈ ਇਸ ਦੁਨੀਆ ਦੇ ਵਿੱਚ ਕਿੰਨੇ ਬੰਦੇ ਨੇ ਤੁਰਦੇ ਨੇ ਪਰ ਪੱਲੇ ਕੁਝ ਨਹੀਂ ਹਜ਼ੂਰ ਦੇ ਬਚਨ ਨੇ ਦਾਤਾਰ ਕਹਿੰਦੇ ਨੇ ਜੋ ਜੋ ਸੰਤ ਸਰਾਪਿਆ ਸੀ ਫਿਰ ਹੈ ਪਵੰਦੇ ਭਾਈ ਜਿਨ੍ਹਾਂ ਬੰਦਿਆਂ ਨੂੰ ਸੰਤਾ ਨੇ ਸਿਰਫ ਇੰਨੀ ਇੱਕ ਗੱਲ ਕਹਿ ਦਿੱਤੀ ਆ ਨਾ ਕਿ ਜਾ ਮੌਜ ਕਰ ਮੌਜ ਕਰਨ ਦਾ ਮਤਲਬ ਥੋੜਾ ਜਿਹਾ ਇਹ ਮੁਹਾਵਰੇ ਵਾਲਾ ਹੁੰਦਾ ਹੈ ਕਿ ਜੇ ਮਰਜ਼ੀਆਂ ਕਰਨੀਆਂ ਤੇ ਜਾ ਕਰਦਾ ਫਿਰ ਜਦੋਂ ਤੈਨੂੰ ਲੋਡ ਹੋਵੇਗੀ ਅੱਜ ਹੀ ਉਹ ਦਿਨ ਬਸ ਗੁਰੂ ਸਾਹਿਬ ਕਹਿੰਦੇ ਸੀ ਫਿਰਾਂ ਭਵੰਦੇ ਬਸ ਭਟਕਦੇ ਹੀ ਫਿਰਦੇ ਨੇ ਤੇ ਮਹਾਰਾਜ ਜੀ ਨੇ ਤੇ ਇਥੋਂ ਤੱਕ ਵੀ ਬੋਲ ਬੋਲੇ ਨੇ ਕਿ ਸਾਰੇ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਨੇ ਤੇ ਕਹਿੰਦੇ ਵੀ ਕੋਈ ਉਹਨਾਂ ਨੂੰ ਉਹ ਇਹ ਕਹਿ ਕੇ ਵੀ ਨਹੀਂ ਬੁਲਾਉਂਦਾ ਉਹ ਇਹ ਕਹਿ ਕੇ ਵੀ ਨਹੀਂ ਬੁਲਾਉਂਦਾ ਵੀ ਜਾ ਉਤਰੇ ਫਿਰੋ ਤੇ ਮੌਜਾਂ ਲਵੋ ਕਿੰਨੇ ਬੰਦੇ ਇਸ ਪਾਸੇ ਦੇ ਹਜ਼ੂਰ ਕਹਿੰਦੇ ਸੋ ਮੂਆ ਜਿਸ ਮਨਹੁ ਬਿਸਾਰੈ ਜਦੋਂ ਤੱਕ ਰੱਬ ਨੇ ਕਿਰਪਾ ਕੀਤੀ ਹੈ ਬੰਦਾ ਖਤਮ ਨਹੀਂ ਹੋ ਸਕਦਾ ਪਰਦਾਤਾਰ ਕਹਿੰਦੇ ਜੇ ਉਹਨੂੰ ਰੱਬ ਭੁਲਾ ਦੇਵੇ ਨਾ ਸਮਝ ਲੋ ਵੀ ਉਹ ਜਿਉਂਦਾ ਹੋਇਆ ਵੀ ਖਤਮ ਹੋਇਆ ਪਿਆ ਹੈ ਬਚਨ ਆਪ ਜੀ ਦੇ ਅੱਗੇ ਇਸ ਪਾਸੇ ਤੋਂ ਵੀ ਰੱਖ ਦੇਵਾਂ ਪਾਪਾ ਫਰੀਦ ਇੱਕ ਬਚਨ ਕਹਿੰਦੇ ਨੇ ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮੋਇਓ ਹੈ ਜੇ ਤੈਂ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ ਮਰਦ ਕਹਿੰਦੇ ਵੀ ਬਖਸ਼ ਲਵੇ ਸਤਗੁਰੂ ਕਹਿੰਦੇ ਵੀ ਪਿਛਲੀ ਰਾਤ ਤੂੰ ਜਾਗਦਾ ਨਹੀਂ ਹੈ ਤੂੰ ਜਿਉਂਦਾ ਹੀ ਮਰ ਗਿਆ ਚੰਗਾ ਭਲਾ ਮਾਲਕ ਨੇ ਤੈਨੂੰ ਸਰੀਰ ਦਿੱਤਾ ਹੈ ਤੇ ਜਿਉਂਦਾ ਹੀ ਖਤਮ ਹੋ ਗਿਆ ਹੈ ਇਹ ਵੀ ਇੱਕ ਵੈਗੁਰੂ ਦੀ ਬਖਸ਼ਿਸ਼ ਹੈ ਮੇਰੀ ਵਿਆਖਿਆ ਦਾ ਤਰੀਕਾ ਥੋੜਾ ਜਿਆ ਬਦਲਦਾ ਜਾ ਰਿਹਾ ਹੈ ਪਤਾ ਨਹੀਂ ਸਤਿਗੁਰੂ ਨੂੰ ਕੀ ਮਨਜ਼ੂਰ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਉਹਨੂੰ ਉਸੇ ਰੂਪ ਦੇ ਵਿੱਚ ਹੀ ਬੋਲਿਆ ਜਾਵੇ ਜਿਸ ਰੂਪ ਦੇ ਵਿੱਚ ਮਹਾਰਜ ਕਹਿਣਾ ਚਾਹੁੰਦੇ ਨੇ ਉਹ ਥੋੜਾ ਜਿਹਾ ਸੁਣਨ ਨੂੰ ਔਖਾ ਤੇ ਲੱਗਦਾ ਹੈ ਮੈਨੂੰ ਖੁਦ ਨੂੰ ਲੱਗਦਾ ਹੈ ਪਰ ਜੇਕਰ ਉਦਾਂ ਗੱਲ ਨਾ ਕੀਤੀ ਜਾਵੇ ਤੇ ਗੱਲ ਗੋਲਦੀ ਹੋ ਜਾਂਦੀ ਹੈ ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮੋਇਓ ਹੈ ਜੇ ਤੈ ਰੱਬ ਵਿਸਾਰਿਆ ਬਾਬਾ ਫਰੀਦ ਕਹਿੰਦੇ ਜੇ ਤੈਨੂੰ ਰੱਬ ਭੁੱਲ ਗਿਆ ਹੈ ਤਾਂ ਰੱਬ ਨਾ ਵਿਸਰਿਓ ਏ ਰੱਬ ਨੇ ਤੇ ਨਹੀਂ ਤੈਨੂੰ ਭੁਲਾਇਆ ਤੂੰ ਅਜੇ ਰੱਬ ਦੀ ਨਿਗਾਹ ਦੇ ਵਿੱਚ ਹੈ ਤੂੰ ਇਹ ਨਾ ਸੋਚੀਂ ਵੀ ਤੂੰ ਭੁੱਲ ਗਿਆ ਤੇ ਰੱਬ ਨੂੰ ਰੱਬ ਨੂੰ ਤੇਰੇ ਬਾਰੇ ਚੇਤਾ ਨਹੀਂ ਆ ਵੇਖਦਾ ਪਿਆ ਹੈ ਤੇਰੇ ਬਾਰੇ ਸਾਰਾ ਕੁਝ ਪਰ ਇੱਥੇ ਵੇਖੋ ਮਹਾਰਾਜ ਨੇ ਉਲਟ ਗੱਲ ਕਰ ਦਿੱਤੀ ਹੈ ਇੱਥੇ ਕੀ ਭਾਵ ਚੱਲਦਾ ਪਿਆ ਹੈ ਕਿ ਜ਼ਿੰਦਗੀ ਦੇ ਵਿੱਚ ਤੁਰੇ ਤੇ ਫਿਰਦੇ ਨੇ ਪਰ ਹੌਲੇ ਹੋ ਕੇ ਤੁਰੇ ਫਿਰਦੇ ਨੇ ਕੋਈ ਭਾਰ ਨਹੀਂ ਕੋਈ ਜ਼ਿੰਦਗੀ ਦੇ ਵਿੱਚ ਕਮਾਈ ਨਹੀਂ ਬਸ ਆ ਰਹੇ ਨੇ ਸਾਹ ਲੈ ਰਹੇ ਨੇ ਤੇ ਖਤਮ ਹੋਈ ਜਾ ਰਹੇ ਨੇ ਹਜ਼ੂਰ ਕਹਿੰਦੇ ਸੋ ਮੂਆ ਜਿਸ ਮਨੋਂ ਵਿਸਾਰੇ ਫਿਰਦਾਤਾਰ ਕਹਿੰਦੇ ਨੇ ਭਾਈ ਤਿਸ ਤਜ ਅਵਰ ਕਹਾ ਕੋ ਜਾਏ ਰੱਬ ਨੂੰ ਛੱਡ ਕੇ ਕੋਈ ਹੋਰ ਪਾਸੇ ਕਿੱਥੇ ਚਲਾ ਜਾਵੇ ਸਭ ਸਿਰ ਏਕ ਨਿਰੰજન ਰਾਏ ਸਾਰਿਆਂ ਦੇ ਸਿਰ ਦੇ ਉੱਤੇ ਇੱਕ ਮਾਲਕ ਆਪ ਹੈ ਜੀ ਕੀ ਜੁਗਤ ਜਾਕੇ ਸਭ ਹਾਥ ਹਜ਼ੂਰ ਕਹਿੰਦੇ ਜੀਵਾਂ ਦੇ ਜੀਣ ਦੀ ਜੁਗਤੀ ਜਿਹਦੇ ਹੱਥ ਦੇ ਵਿੱਚ ਹੈ ਪਵਕੇ ਆਪਣੇ ਕੰਟਰੋਲ ਦੇ ਵਿੱਚ ਜਿੰਨੇ ਰੱਖੀ ਹੋਈ ਹੈ ਅੰਤਰ ਬਾਹਰ ਜਨੂ ਸਾਥ ਮਰਦ ਕਹਿੰਦੇ ਨੇ ਐ ਭਾਈ ਉਸ ਵਾਹਿਗੁਰੂ ਨੂੰ ਅੰਦਰ ਬਾਹਰ ਭਾਵਕੇ ਹਰ ਥਾਂ ਦੇ ਉੱਤੇ ਆਪਣੇ ਨਾਲ ਮਹਿਸੂਸ ਕਰੋ ਗੁਣ ਨਿਧਾਨ ਬੇਅੰਤ ਅਪਾਰ ਉਹ ਵਾਹਿਗੁਰੂ ਗੁਣਾ ਦਾ ਖਜ਼ਾਨਾ ਹੈ ਬੇਅੰਤ ਹੈ ਅਪਾਰ ਹੈ ਨਾਨਕ ਦਾਸ ਸਦਾ ਬਲਿਹਾਰ ਹਜ਼ੂਰ ਕਹਿੰਦੇ ਉਹਦੇ ਸੇਵਕ ਸਦਾ ਹੀ ਉਹਦੇ ਤੋਂ ਬਲਿਹਾਰ ਜਾਂਦੇ ਨੇ ਫਿਰ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪੂਰਨ ਪੂਰ ਰਹੇ ਦਇਆਲ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਦੇ ਉੱਤੇ ਪਰਿਪੂਰਣ ਹੈ ਆਪੇ ਵਰਤਣਹਾਰ ਦੀ ਵਿਆਖਿਆ ਚੱਲਦੀ ਪਈ ਹੈ ਸਭ ਉੱਪਰ ਹੋਵਤ ਕਿਰਪਾਲ ਹੈ ਸਾਰਿਆਂ ਦੇ ਉੱਤੇ ਫਿਰ ਕਿਰਪਾਲੂ ਹੈ ਇਹ ਨਹੀਂ ਵੀ ਉਹਦਾ ਵਿਤਕਰਾ ਚੱਲਦਾ ਪਿਆ ਹੈ ਕਿਸੇ ਦੇ ਨਾਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਹਜ਼ੂਰ ਕਹਿੰਦੇ ਜੋ ਉਹਨੇ ਖੇਡ ਵਰਤੌਣੀ ਹੈ ਨਾ ਕਿਹੜੇ ਕਰਤਬ ਕਰਨੇ ਨੇ ਕੀ ਕਰਦਾ ਪਿਆ ਹੈ ਉਹਨੂੰ ਕੇਵਲ ਤੇ ਕੇਵਲ ਉਹ ਆਪ ਹੀ ਜਾਣਦਾ ਹੈ ਜਿੰਨੂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਅੰਤ ਨਾ ਜਾਪਿਆ ਕਿਆ ਮਨ ਮੰਤ ਅੰਤ ਨਹੀਂ ਲੱਗਦਾ ਕਿ ਕੀ ਉਹਦੇ ਮਨ ਦੇ ਵਿੱਚ ਮੰਤਵ ਚੱਲਦਾ ਪਿਆ ਹੈ ਕੀ ਮਨੋਰਥ ਚੱਲਦਾ ਪਿਆ ਹੈ ਹਜ਼ੂਰ ਕਹਿੰਦੇ ਨੇ ਆਪਣੇ ਕਰਤਬ ਜਾਣੈ ਆਪ ਅੰਤਰਜਾਮੀ ਰਹਿਓ ਵਿਆਪ ਦਿਲਾਂ ਦੀਆਂ ਜਾਣਨ ਵਾਲਾ ਹੈ ਅੰਦਰ ਦੀ ਜਾਣਨ ਵਾਲਾ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਰਹਿਓ ਵਿਆਪ ਪ੍ਰਤਪਾਲੈ ਜੀਵਨ ਬਹੁ ਭਾਂਤ ਕਈਆਂ ਤਰੀਕਿਆਂ ਦੇ ਨਾਲ ਜੀਵਾਂ ਨੂੰ ਪੜਦਾ ਹੈ ਜੋ ਬੰਦਿਆਂ ਦੇ ਜੀਣ ਦਾ ਤਰੀਕਾ ਹੈ ਇਹਨਾਂ ਦੇ ਜੀਣ ਦੀ ਵਿਧੀ ਕੁਝ ਹੋਰ ਹੈ ਪਸ਼ੂਆਂ ਦੀ ਉਹ ਵਿਧੀ ਹੈ ਹੀ ਨਹੀਂ ਹੈ ਔਰ ਜੋ ਪਸ਼ੂਆਂ ਦੀ ਹੈ ਉਹ ਕੀੜਿਆਂ ਮਕੌੜਿਆਂ ਦੀ ਵਿਧੀ ਨਹੀਂ ਹੈ ਹਰ ਇੱਕ ਜਿੰਨਾ ਵੀ ਅਸੀਂ ਕਹਿ ਲਈਏ ਕਿ ਜੋ ਵੀ ਪੈਦਾਇਸ਼ ਹੈ ਕੋਈ ਵੀ ਜਾਤੀ ਹੈ ਉਹਦੇ ਜੀਣ ਦਾ ਤਰੀਕਾ ਉਹਦੇ ਖਾਣ ਪੀਣ ਦਾ ਤਰੀਕਾ ਲਗਭਗ ਬਾਕੀਆਂ ਦੇ ਨਾਲੋਂ ਰਹਿਣ ਸਹਿਣ ਦਾ ਤਰੀਕਾ ਬਹੁਤ ਵੱਖਰਾ ਹੋਵੇਗਾ ਹਜ਼ੂਰ ਕਹਿੰਦੇ ਨੇ ਪ੍ਰਤਪਾਲੈ ਜੀਵਨ ਬਹੁਪਾਂਥ ਬੰਦਾ ਉਸ ਤਰੀਕੇ ਨੂੰ ਛੱਡ ਕੇ ਦੂਜੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰੇ ਤਾਂ ਭਾਵੇਂ ਜ਼ਿੰਦਗੀ ਗਵਾ ਲਵੇ ਤੇ ਪਸ਼ੂ ਸਹਿਜ ਦੇ ਨਾਲ ਹੀ ਜ਼ਿੰਦਗੀ ਜੀਂਦੇ ਨੇ। ਹਜ਼ੂਰ ਕਹਿੰਦੇ ਭਾਈ ਕਈਆਂ ਤਰੀਕਿਆਂ ਦੇ ਨਾਲ ਜੀਵਾਂ ਨੂੰ ਪਾਲਦਾ ਹੈ ਜੋ-ਜੋ ਰਚਿਓ ਸੁ ਤਿਸਹ ਇਤਿਆਤ ਜੋ-ਜੋ ਜੀਵ ਮਾਲਕ ਨੇ ਪੈਦਾ ਕੀਤਾ ਹੈ। ਹਜ਼ੂਰ ਕਹਿੰਦੇ ਉਹ ਉਸੇ ਹੀ ਵਾਹਿਗੁਰੂ ਨੂੰ ਸਿਮਰਦਾ ਹੈ ਭਾਵੇਂ ਉਹਦੇ ਭਾਣੇ ਦੇ ਵਿੱਚ ਚੱਲਦਾ ਹੈ। ਜਿਸ ਭਾਵੇਂ ਤਿਸ ਲਏ ਮਿਲਾਏ। ਰੱਬ ਚਾਵੇ ਜਿਸ ਦੇ ਉੱਤੇ ਕਿਰਪਾ ਕਰ ਦੇਵੇ ਹਜ਼ੂਰ ਕਹਿੰਦੇ ਉਹਨੂੰ ਆਪਣੇ ਨਾਲ ਮਿਲਾ ਲਿੰਦਾ ਹੈ ਭਗਤ ਕਰਹਿ ਹਰ ਕੇ ਗੁਣ ਗਾਏ ਤੇ ਉਹ ਵਾਹਿਗੁਰੂ ਦੇ ਗੁਣ ਗਾ ਗਾ ਕੇ ਤੇ ਉਹਦੀ ਭਗਤੀ ਕਰਦੇ ਨੇ ਜੇ ਰੱਬ ਨੂੰ ਪਾਵੇ ਤੇ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਹਜ਼ੂਰ ਕਹਿੰਦੇ ਭਾਈ ਜਿਸ ਬੰਦੇ ਨੇ ਵਿਸ਼ਵਾਸ ਕਰਕੇ ਦ੍ਰਿੜਤਾ ਕਰਕੇ ਇਸ ਗੱਲ ਨੂੰ ਮੰਨ ਲਿਆ ਹੈ ਨਾ ਕਰਨ ਹਾਰ ਨਾਨਕ ਇੱਕ ਜਾਨਿਆ ਉਸ ਬੰਦੇ ਨੇ ਇੱਕ ਵਾਹਿਗੁਰੂ ਨੂੰ ਹਰ ਥਾਂ ਦੇ ਉਤੇ ਕਰਤਾ ਮੰਨ ਲਿਆ ਹੈ ਫਿਰ ਇੱਥੇ ਗੱਲ ਹੈ ਕਿ ਜ਼ੁਬਾਨੀ ਕਲਾਮੀ ਧਰਮ ਦੇ ਵਿੱਚ ਤੇ ਵਿਸ਼ਵਾਸ ਦੇ ਧਰਮ ਦੇ ਵਿੱਚ ਬੜਾ ਫਰਕ ਹੈ ਹਜ਼ੂਰ ਨੇ ਵਾਰ-ਵਾਰ ਇਸ ਬਾਣੀ ਦੇ ਵਿੱਚ ਲਗਭਗ ਤਿੰਨ ਵਾਰ ਗੱਲ ਕਰ ਦਿੱਤੀ ਹੈ ਇਸ ਬਾਣੀ ਦੇ ਵਿੱਚ ਕਿ ਭਾਈ ਸਾਡੇ ਵਿਸ਼ਵਾਸ ਕਿੱਥੇ ਤੁਰੇ ਫਿਰਦੇ ਨੇ ਅਸੀਂ ਕਹਿ ਤਿੰਨੇ ਹਾਂ ਕਿ ਹੈ ਪਰ ਵਿਸ਼ਵਾਸ ਕਿੰਨਾ ਕਹ ਹੈ ਔਰ ਕਿੰਨੀ ਕਿ ਡ੍ਰਿੜਤਾ ਦੇ ਨਾਲ ਬੋਲ ਨਿਕਲਦਾ ਪਿਆ ਹੈ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇੱਕ ਐ ਨਾਏ ਜਿਹੜਾ ਵਾਹਿਗੁਰੂ ਦਾ ਸੇਵਕ ਹੈ ਉਹ ਇਕੋ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗਾ ਹੋਇਆ ਹੈ ਪਵ ਉਹਦਾ ਧਿਆਨ ਉਧਰ ਹੈ ਉਹਦੀ ਬੰਦਗੀ ਰੱਬ ਵਾਲੇ ਪਾਸੇ ਹੋ ਰਹੀ ਹੈ ਤੇ ਫਿਰ ਕੀ ਹੈ ਤਿਸ ਕੀ ਆਸ ਨਿਰਥੀ ਜਾਏ ਜਿਹਦੀ ਆਸ ਹੀ ਇੱਕ ਮਾਲਕ ਹੈ ਸਤਗੁਰੂ ਕਹਿੰਦੇ ਉਹਦੀ ਆਸ ਕਦੀ ਵਿਅਰਥ ਨਹੀਂ ਜਾਂਦੀ ਉਹਦੀ ਆਸ ਕਦੀ ਖਾਲੀ ਨਹੀਂ ਜਾਂਦੀ ਹੈ ਸੇਵਕ ਕਉ ਸੇਵਾ ਬਨ ਆਈ ਭਾਈ ਸੇਵਕ ਦਾ ਕੰਮ ਹੀ ਕੀ ਹੈ ਸੇਵਕ ਦਾ ਕੰਮ ਹੀ ਸੇਵਾ ਕਰਨਾ ਹੈ ਸੇਵਕ ਦਾ ਨਾ ਹੀ ਸੇਵਕ ਇਸ ਕਰਕੇ ਪਿਆ ਹੈ ਵੀ ਉਹਨੇ ਸੇਵਾ ਕਰਨੀ ਹੈ ਸੇਵਕ ਨੂੰ ਇਹੋ ਗੱਲ ਬਣ ਕੇ ਆਈ ਹੈ ਵੀ ਉਹ ਸੇਵਾ ਕਰੇ ਜਿਹਨੂੰ ਮਰਦ ਕਹਿੰਦਾ ਨਾ ਬੰਦੋ ਹੋਏ ਬੰਦਗੀ ਕਹੇ ਬੰਦੇ ਦਾ ਕੰਮ ਕੀ ਹੈ ਬੰਦਗੀ ਕਰਨਾ ਇਦਾਂ ਸੇਵਕ ਦਾ ਕੰਮ ਕੀ ਹੈ ਸੇਵਾ ਕਰਨੀ ਸੇਵਕ ਕੋ ਸੇਵਾ ਬਨ ਆਈ ਸੇਵਕਾਂ ਨੂੰ ਇਹੋ ਹੀ ਗੱਲ ਬਣਦੀ ਹੈ ਕਿ ਭਾਈ ਸੇਵਾ ਕਰੇ ਤੁਸੀਂ ਸ਼ਾਇਦ ਭਗਤਪੂਰਨ ਸਿੰਘ ਹੋਣਾਂ ਦੀ ਇੱਕ ਫੋਟੋ ਵੇਖੋਗੇ ਜਿਨ੍ਹਾਂ ਦਾ ਪਿੰਗਲਵਾੜਾ ਸੰਸਥਾ ਹੈ ਅੰਮ੍ਰਿਤਸਰ ਮਾਨਾਂ ਵਾਲੇ ਤੇ ਉਹਨਾਂ ਦੀ ਫੋਟੋ ਦੇ ਉੱਪਰ ਕਦੀ ਕਦੀ ਇਹ ਪੰਕਤੀ ਲਿਖੀ ਹੁੰਦੀ ਹੈ ਔਰ ਵਾਕਿਆ ਹੀ ਮਹਾਰਾਜ ਕਿਰਪਾ ਕਰਨ ਉਹਨਾਂ ਦੀ ਜ਼ਿੰਦਗੀ ਨੂੰ ਪੜ੍ਹ ਕੇ ਵੇਖੋ ਤੇ ਜ਼ਿੰਦਗੀ ਦੇ ਵਿੱਚ ਵਾਕਿਆ ਹੀ ਇਦਾਂ ਦਾ ਕੰਮ ਹੈ ਕਿ ਬਸ ਮਾਲਕ ਨੇ ਸੇਵਾ ਲਈ ਜ਼ਿੰਦਗੀ ਪੈਦਾ ਕਰ ਦਿੱਤੀ ਹੈ ਕੋਈ ਇਦਾਂ ਦੀ ਰੂਹ ਪੈਦਾ ਕਰ ਦਿੱਤੀ ਵੀ ਜੇ ਹੁਣ ਸੇਵਾ ਸਿੱਖਣੀ ਹੋਵੇ ਤੇ ਉਹਨਾਂ ਵੱਲ ਵੇਖ ਕੇ ਸਿੱਖੀ ਜਾ ਸਕਦੀ ਹੈ ਕੰਮ ਕੀ ਹੈ ਕਿ ਸੇਵਕ ਦਾ ਕੰਮ ਹੀ ਸੇਵਾ ਕਰਨਾ ਹੈ ਉਹਦਾ ਕੰਮ ਹੈ ਥੋੜਾ ਵੀ ਮਰਜ਼ੀਆਂ ਕਰਦਾ ਫਿਰੇ ਹੁਕਮ ਬੂਝ ਪਰਮ ਪਦ ਪਾਈ ਸੇਵਕ ਸੇਵਾ ਕਰਦਾ ਹੈ ਮਾਲਕ ਦੇ ਹੁਕਮ ਨੂੰ ਬੁੱਝ ਕੇ ਸਮਝ ਕੇ ਪਰਮ ਪਦ ਪਾਈ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਇਸ ਤੇ ਉੱਪਰ ਨਹੀਂ ਵਿਚਾਰ ਸਤਿਗੁਰੂ ਕਹਿ ਰਹੇ ਨੇ ਭਾਈ ਇਸ ਗੱਲ ਤੋਂ ਉੱਤੇ ਹੋਰ ਕੋਈ ਗੱਲ ਹੈ ਹੀ ਨਹੀਂ ਹੈ ਕਿਹੜੀ ਗੱਲ ਤੋਂ ਜੱਕਾ ਮਨ ਵਸਿਆ ਨਿਰੰਕਾਰ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਵਸ ਗਿਆ ਹੈ ਇਹਦੇ ਤੋਂ ਉੱਤੇ ਹੋਰ ਕੋਈ ਗੱਲ ਰਹਿ ਹੀ ਨਹੀਂ ਗਈ ਭਾਵੇਂ ਕਿ ਇਹ ਨਹੀਂ ਤੇ ਇੱਥੇ ਅਸੀਂ ਕਹੀਏ ਕਿ ਇਸ ਦਲੀਲ ਤੋਂ ਬਾਅਦ ਦੂਜੀ ਦਲੀਲ ਹੈ ਦੂਜੀ ਤੋਂ ਬਾਅਦ ਤੀਜੀ ਗੱਲ ਹੈ ਹਜ਼ੂਰ ਕਹਿੰਦੇ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਵਸ ਗਿਆ ਹੈ ਇਹਦੇ ਤੋਂ ਉੱਤੇ ਹੋਰ ਕੋਈ ਗੱਲ ਰਹਿ ਹੀ ਨਹੀਂ ਗਈ ਜ਼ਿੰਦਗੀ ਦੇ ਵਿੱਚ ਇੱਕ ਬਚਨ ਹੈ ਹਜ਼ੂਰ ਦਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਮਾਰੂ ਰਾਗ ਦੇ ਵਿੱਚ ਦਾਤਾਰ ਕਹਿੰਦੇ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਜਿਨ੍ਹਾਂ ਦਾ ਰੱਬ ਵਿਛੜ ਗਿਆ ਹੈ ਬਖਸ਼ ਲਵੇ ਸਤਿਗੁਰੂ ਸ਼ਾਇਦ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ ਦਾਤਾਰ ਕਹਿੰਦੇ ਨੇ ਵਿਛੜਿਆ ਕਾ ਕਿਆ ਵਿਛੜੈ ਜਿਨ੍ਹਾਂ ਦਾ ਰੱਬ ਵਿਛੜ ਗਿਆ ਹੈ ਭੀ ਰੱਬ ਨਾਲੋਂ ਧਿਆਨ ਜਿਨ੍ਹਾਂ ਦਾ ਪਰੇ ਹੋ ਗਿਆ ਹੈ ਉਹ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਇਸ ਗੱਲ ਦਾ ਰੌਲਾ ਪਾਈ ਜਾਣ ਨਾ ਪੇ ਮੇਰੀ ਆਵੀ ਚੀਜ਼ ਵਿਛੜ ਗਈ ਐ ਮੇਰੀ ਆਵੀ ਚੀਜ਼ ਵਿਛੜ ਗਈ ਐ ਸਤਿਗੁਰੂ ਕਹਿੰਦੇ ਰੱਬ ਤੋਂ ਵੱਡਾ ਹੋਰ ਚੀਜ਼ ਕੀ ਵਿਛੜ ਸਕਦੀ ਏ ਉਹਨਾਂ ਦੀ ਉਹਨਾਂ ਦਾ ਹੋਰ ਕੀ ਵਿਛੜਨਾ ਹੈ ਜਿਨ੍ਹਾਂ ਦਾ ਰੱਬ ਵਿਛੜ ਗਿਆ ਜੋ ਮਰਜ਼ੀ ਕਹੀ ਜਾਣ ਪੀ ਸਾਡਾ ਆਵੀ ਵਿਛੜ ਗਿਆ ਮਿਲਿਆਂ ਕਾ ਕੀ ਮੇਲ ਤੇ ਮਰਜ਼ੀ ਕਹਿੰਦੇ ਜਿਨ੍ਹਾਂ ਨੂੰ ਰੱਬ ਮਿਲ ਗਿਆ ਹੈ ਉਹਨਾਂ ਨੂੰ ਭਾਵੇਂ ਦੁਨੀਆਂ ਦੀ ਹਰ ਚੀਜ਼ ਮਿਲੀ ਹੋਵੇ ਉਹਦੇ ਤੋਂ ਵੱਡਾ ਮੇਲ ਕੀ ਹੋ ਸਕਦਾ ਹੈ ਪੀ ਕਹਿਣ ਪੀ ਆ ਚੀਜ਼ ਮਿਲੇ ਤੇ ਬੜੀ ਖੁਸ਼ ਹੋਗੇ ਜਿਨ੍ਹਾਂ ਦਾ ਰੱਬ ਵਿਛੜ ਗਿਆ ਉਹਨਾਂ ਦਾ ਇਹਦੇ ਤੋਂ ਵੱਧ ਹੋਰ ਕੁਝ ਨਹੀਂ ਵਿਛੜ ਸਕਦਾ ਤੇ ਜਿਨ੍ਹਾਂ ਨੂੰ ਮਾਲਕ ਮਿਲ ਗਿਆ ਹੈ ਇਹਦੇ ਤੋਂ ਵੱਧ ਹੋਰ ਕੁਝ ਮਿਲ ਵੀ ਨਹੀਂ ਸਕਦਾ ਇਸ ਕਰਕੇ ਮਹਾਰਦ ਕਹਿੰਦੇ ਨੇ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋੜ ਪਏ ਨਿਰਵੈਰ ਉਹ ਸਾਰੇ ਹੀ ਮਾਇਆ ਦੇ ਬੰਧਨ ਤੋੜ ਕੇ ਨਿਰਵੈਰ ਹੋ ਜਾਂਦੇ ਨੇ ਦੋਵਾਂ ਦੇ ਵਿੱਚੋਂ ਇੱਕ ਵੇਖਣ ਦੀ ਤਾਕਤ ਬੰਧਨ ਤੋੜ ਪਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਭਾਈ ਦਿਨ ਰਾਤ ਗੁਰੂ ਦੀ ਭਗਤੀ ਕਰਦੇ ਨੇ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਗੁਰੂ ਦੀ ਸੇਵਾ ਕਰਕੇ ਉਹਨਾਂ ਦਾ ਆਹ ਲੋਕ ਲੋਕ ਦਾ ਮਤਲਬ ਕੀ ਹੁੰਦਾ ਜੋ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈ ਲੋਚਨ ਤੋਂ ਬਣਦਾ ਹੈ ਪਰਲੋਕ ਦਾ ਮਤਲਬ ਕੀ ਹੈ ਜੋ ਅੱਖਾਂ ਦੇ ਪਰੇ ਹੈ ਇਹਨੂੰ ਭਾਵੇਂ ਹਜ਼ਾਰਾਂ ਸਾਲਾਂ ਤੇ ਲੈ ਲਓ ਜਦੋਂ ਸਾਨੂੰ ਪਤਾ ਹੀ ਨਹੀਂ ਤੇ ਕਾਹਦੀਆਂ ਬੈਸਾਂ ਨੇ ਹਜ਼ੂਰ ਕਹਿੰਦੇ ਨੇ ਇਹ ਲੋਕ ਸੁਖੀਏ ਉਹਨੇ ਪ੍ਰੈਜ਼ੈਂਟ ਵੀ ਸੌਖਾ ਕਰ ਲਿਆ ਗੁਰੂ ਦੇ ਕੋਲੋਂ ਬੈਠ ਕੇ ਪਰਲੋਕ ਸੁਹੇਲੇ ਜਿਸ ਸਮੇਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਨਾਲ ਕੀ ਹੋ ਜਾਣਾ ਹੈ ਮਹਾਰਜ ਕਹਿੰਦੇ ਉਹਨੇ ਉਹ ਵੀ ਸਵਾਰ ਲਿਆ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ ਫਿਰ ਮਹਾਰਜ ਜੀ ਕਿਰਪਾ ਕਰਦੇ ਨੇ ਸਾਧ ਸੰਗ ਮਿਲ ਕਰੋ ਆਨੰਦ ਦਾਤਾਰ ਕਹਿੰਦੇ ਸੰਗਤ ਦੇ ਵਿੱਚ ਆ ਕੇ ਬੈਠ ਕੇ ਨਾ ਤੇ ਆਨੰਦ ਮਾਣੋ ਬੜੇ ਪਿਆਰ ਜਿਹਦੇ ਬੋਲ ਨੇ ਮਰਦ ਕਹਿੰਦੇ ਵੀ ਸੰਗਤ ਦੇ ਵਿੱਚ ਆ ਕੇ ਤੂੰ ਸਕੂਨ ਪ੍ਰਾਪਤ ਕਰੋ ਤੇ ਸ਼ਾਇਦ ਮੈਂ ਬੇਨਤੀ ਕਰਦਾ ਹੁੰਨਾ ਕਿ ਗੁਰਦੁਆਰੇ ਦਾ ਮਤਲਬ ਹੀ ਆਨੰਦ ਸੀ ਇਹ ਤੇ ਅਸੀਂ ਐਵੇਂ ਇਨਾ ਔਖਾ ਬਣਾ ਲਿਆ ਵੀ ਆ ਵੀ ਚੀਜ਼ ਔਖੀ ਆ ਵੀ ਚੀਜ਼ ਔਖੀ ਗੁਰਦੁਆਰੇ ਦਾ ਮਤਲਬ ਹੀ ਇਹ ਹੈ ਕਿ ਭਾਈ ਜੇ ਸਾਨੂੰ ਬਾਹਰੋਂ ਕੋਈ ਮੁਸ਼ਕਲ ਆ ਰਹੀ ਆ ਤੇ ਇਹ ਥਾਂ ਦੇ ਉੱਤੇ ਬੈਠ ਕੇ ਸਾਡੇ ਅੰਦਰ ਟਿਕਾਹ ਹੋਵੇ ਸ਼ਾਂਤੀ ਹੋਵੇ ਸਾਨੂੰ ਕੋਈ ਰਸਤਾ ਨਜ਼ਰ ਆ ਜਾਵੇ ਤੇ ਗੁਰਦੁਆਰਿਆਂ 'ਚ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਬਾਕੀਆਂ 'ਚ ਤੇ ਗੱਲਾਂ ਹੀ ਬੜੀ ਦੂਰਤੀਆਂ ਨੇ। ਹਜ਼ੂਰ ਕਹਿੰਦੇ ਭਾਈ ਸਾਧ ਸੰਗ ਮਿਲ ਕਰੋ ਆਨੰਦ। ਸੰਗਤ ਦੇ ਵਿੱਚ ਆਓ ਤੇ ਆਨੰਦ ਮਾਣੋ। ਇਦਾਂ ਸੰਗਤ ਕਰਿਆ ਕਰੀਏ। ਗੁਣ ਗਾਵੋ ਪ੍ਰਭ ਪਰਮ ਆਨੰਦ। ਪਰਮ ਆਨੰਦ ਦੇਣ ਵਾਲੇ ਮਾਲਕ ਦੇਆਂ ਗੁਣਾਂ ਨੂੰ ਗਾਵੋ। ਰਾਮ ਨਾਮ ਤਤ ਕਰੋ ਵਿਚਾਰ। ਕੀ ਕੀ ਕਰਨਾ ਹੈ ਸੰਗਤ ਦੇ ਵਿੱਚ? ਰੱਬ ਦੇ ਨਾਮ ਜਿਹੜਾ ਰੱਬ ਦਾ ਨਾਮ ਜੋ ਤਤ ਹੈ ਸਾਰਿਆਂ ਦਾ ਮੂਲ ਹੈ ਉਹਦੀ ਵਿਚਾਰ ਕਰੋ। ਬੇਨਤੀ ਕਰਦੇ ਵਾਂ ਇਹਨੂੰ ਦੂਸਰੇ ਪਾਸੇ ਤੋਂ ਨਾ ਸੋਚਣਾ ਚਲੋ ਹੁਣ ਤੇ ਕਥਾ ਚੱਲਦੀ ਪਈ ਹੈ ਆਪ ਜੀ ਬੈਠੇ ਹੋ ਤੇ ਕੁਝ ਸੁਣਦੇ ਪਏ ਹੋ ਕੀਰਤਨ ਚੱਲਦਾ ਹੈ ਆਪ ਜੀ ਸੁਣਦੇ ਹੋ ਕਿਸੇ ਵੇਲੇ ਪਾਠ ਚੱਲ ਰਿਹਾ ਹੁੰਦਾ ਆਪ ਆਉਂਦੇ ਹੋ ਪਰ ਫਿਰ ਵੀ ਬੇਨਤੀ ਕਰਦੇ ਵਾਂ ਗੁਰਦੁਆਰੇ ਆਉਣ ਦਾ ਮਕਸਦ ਇਹੀ ਹੈ ਜੋ ਸਕੂਲ ਵਾਲੇ ਪਾਸੇ ਦਾ ਮਕਸਦ ਹੈ ਆਨੰਦ ਵਾਲਾ ਪਾਸਾ ਹੈ ਪਰ ਗੁਰਦੁਆਰੇ ਆਉਣ ਦਾ ਮਤਲਬ ਹੀ ਇਹ ਹੈ ਕਿ ਜੇ ਮੈਂ ਅੱਜ ਆਇਆ ਹਾਂ ਤੇ ਅੱਜ ਮੈਂ ਕਿਹੜੀ ਗੱਲ ਸਿੱਖ ਕੇ ਗਿਆ ਹਾਂ ਇਸ ਸਕੂਲ ਵਾਲਾ ਪਾਸਾ ਹੈ ਗੁਰਦੁਆਰੇ ਦਾ ਪੜਾਈ ਵਾਲਾ ਪਾਸਾ ਹੈ ਇਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਅੱਗੇ ਆਨੰਦ ਹੈ ਇਸ ਜਸਟ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਪਰ ਮੈਨੂੰ ਪਤਾ ਤੇ ਹੋਵੇ ਨਾ ਕਿ ਘਟੋ ਘਟ ਹੁਕਮ ਕੀ ਹੈ ਉਹਦੇ ਅਰਥ ਮੈਂ ਪੜ ਕੇ ਆ ਰਿਆਂ ਹਾਂ ਜੋ ਅੰਦਰ ਸ਼ਬਦ ਚੱਲਦਾ ਪਿਆ ਸੀ ਇਹ ਬੜੀ ਸਹੂਲਤ ਹੈ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਨਾ ਕਿ ਮਹਾਰਾਜ ਜੀ ਨੇ ਵੇਖੋ ਆ ਸਾਡੇ ਲਈ ਕਿੰਨਾਂ ਸਹੂਲਤਾਂ ਪੈਦਾ ਕੀਤੀਆਂ ਵੀ ਸਕਰੀਨ ਚੱਲਦੀ ਪਈ ਹੈ ਨਹੀਂ ਵੀ ਰਾਗੀ ਸਿੰਘ ਜੇ ਪੜਦੇ ਆ ਪਤਾ ਲੱਗਦਾ ਜਾਂ ਅਸੀਂ ਪੜਦੇ ਪਤਾ ਲੱਗਦਾ ਤਾਂ ਬੰਦਾ ਸਕਰੀਨ ਤੋਂ ਵੇਖ ਲੈਂਦਾ ਵੀ ਆਹ ਗੱਲ ਬੋਲੀ ਜਾ ਰਹੀ ਹੈ ਕਿੰਨੀਆਂ ਸਹੂਲਤਾਂ ਨੇ ਹਜ਼ੂਰ ਕਹਿੰਦੇ ਭਾਈ ਕੀ ਕਰੋ RAM ਨਾਮ ਤਤ ਕਰੋ ਵਿਚਾਰ ਜਦੋਂ ਵੀ ਸੰਗਤ ਦੇ ਵਿੱਚ ਬੈਠਦੇ ਜੇ ਆਪਣੇ ਆਪ ਨਾਲ ਥੋੜਾ ਜਿਹਾ ਚਿੰਤਨ ਹੁਣ ਤੇ ਇੱਕ ਪੜਾਈ ਚੱਲਦੀ ਪਈ ਹੈ ਸਾਡੀ ਸਮਝਦੇ ਪਏ ਹਾਂ ਪਰ ਜਦੋਂ ਇਕੱਲੇ ਆ ਕੇ ਬੈਠਦੇ ਹਾਂ ਕੁਝ ਨਹੀਂ ਹੋ ਰਿਹਾ ਘਟੋ ਘਟ ਚਿੰਤਨ ਦੇ ਵਿੱਚ ਆਪਣੇ ਆਪ ਦੇ ਚਿੰਤਨ ਦੇ ਵਿੱਚ ਜੁੜੀਏ ਭਾਵੇਂ ਘਰ ਦੇ ਵਿੱਚ ਬੈਠੇ ਜੁੜਦੇ ਹਾਂ ਰਾਮ ਨਾਮ ਤਤ ਕਰੋ ਵਿਚਾਰ ਮਾਲਕ ਦੇ ਨਾਮ ਜਿਹੜਾ ਤਤ ਹੈ ਸਾਰਿਆਂ ਦਾ ਉਹਦੀ ਵਿਚਾਰ ਕਰੋ ਦੁਰਲਭ ਦੇਖਾ ਕਰੋ ਉਧਾਰ ਸੰਗਤ ਦੇ ਵਿੱਚ ਬੈਠ ਕੇ ਤੇ ਆਪਣੇ ਦੁਰਲਭ ਸਰੀਰ ਨੂੰ ਪਾਰ ਕਰ ਲਓ ਇਹਦੇ ਤੋਂ ਬਿਨਾ ਹੋਰ ਕੋਈ ਥਾਂ ਵੀ ਨਹੀਂ ਹੈ ਸੰਗਤ ਦੇ ਵਿੱਚ ਬੈਠੋ ਤੇ ਸਰੀਰ ਨੂੰ ਪਾਰ ਕਰਵਾ ਲਓ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਇੱਥੇ ਬੈਠ ਕੇ ਤੇ ਮਹਾਰਜ ਦੇ ਅੰਮ੍ਰਿਤ ਵਰਗੇ ਬਚਨਾਂ ਨੂੰ ਗਾਓ ਬਾਣੀ ਨੂੰ ਗਾਓ ਇਹ ਠੀਕ ਹੈ ਵੀ ਇਦਾਂ ਸੰਗਤ ਦੇ ਵਿੱਚ ਹੋਣਾ ਚਾਹੀਦਾ ਹੈ ਸੰਗਤ ਵੀ ਸ਼ਬਦ ਪੜੇ ਵਧੀਆ ਗੱਲ ਹੈ ਇਹ ਜਿੰਨਾ ਅਸੀਂ ਬੋਲਾਂਗੇ ਨਹੀਂ ਸਾਨੂੰ ਬਾਣੀ ਯਾਦ ਨਹੀਂ ਹੋਵੇਗੀ ਸੁਣਨ ਦੇ ਨਾਲ ਬਾਣੀ ਸਮਝ ਤੇ ਆ ਜਾਂਦੀ ਹੈ ਪਰ ਸੁਣਨ ਦੇ ਨਾਲ ਯਾਦ ਨਹੀਂ ਹੁੰਦੀ ਵਾਹਿਗੁਰੂ ਕਿਰਪਾ ਕਰੇ ਜਦੋਂ ਤੱਕ ਅਸੀਂ ਖੁਦ ਨਹੀਂ ਬੋਲਾਂਗੇ ਤੁਸੀਂ ਸਾਲ ਸੁਣਦੇ ਰਹੋ ਆਸਾ ਦੀ ਵਾਰ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਹਾਂ ਹੁਣ ਆਹ ਪੰਕਤੀ ਆਉਣੀ ਹੈ ਆਹ ਆ ਪੰਕਤੀ ਆਉਣੀ ਹੈ ਪਰ ਜੇ ਤੁਹਾਨੂੰ ਕੋਈ ਕਵੇਗਾ ਨਾ ਵੀ ਸੁਣਾਓ ਸੁਣਾ ਹੀ ਨਹੀਂ ਜਾਵੇਗੀ ਕਿਉਂ ਕਿਉਂਕਿ ਬੋਲੀ ਹੀ ਨਹੀਂ ਹੈ ਉਹਦੇ ਮੂੰਹ ਦੇ ਵਿੱਚੋਂ ਪ੍ਰੈਕਟਿਸ ਹੋਣੀ ਚਾਹੀਦੀ ਹੈ ਜਬ ਚੀਜ਼ ਸਭ ਸੁਣ ਕੇ ਯਾਦ ਹੋ ਸਕਦਾ ਹੈ ਪਰ ਸੁਣਾਇਆ ਨਹੀਂ ਜਾ ਸਕਦਾ ਫਿਰ ਆਪ ਪਾਠ ਕਰਾਂਗੇ ਫਿਰ ਭੁੱਲ ਜਾਵਾਂਗੇ ਸਾਨੂੰ ਇੰਦ ਲੱਗਦਾ ਵੀ ਨਾਲ-ਨਾਲ ਚੱਲਦਾ ਪਿਆ ਹੈ ਸੀ ਕਰੀ ਜਾਂਦੇ ਆ ਸਾਰਾ ਪਾਠ ਪਰ ਜੇ ਇਕੱਲਿਆਂ ਨੂੰ ਕਰਨਾ ਪੈ ਜਵੇ ਤੇ ਫਿਰ ਦਿੱਕਤ ਹੋ ਜਾਂਦੀ ਹੈ ਇਸ ਕਰਕੇ ਮਹਾਰਜ ਕਹਿੰਦੇ ਭਾਈ ਸੰਗਤ ਦੇ ਵਿੱਚ ਆ ਕੇ ਜਦੋਂ ਬੈਠਦੇ ਜੇ ਨਾ ਤੇ ਕੋਸ਼ਿਸ਼ ਕਰਿਆ ਕਰੋ ਬਾਣੀ ਗਾਇਆ ਵੀ ਕਰੋ ਜਿੰਨਾ ਵੀ ਮੌਕਾ ਮਿਲੇ ਅੰਮ੍ਰਿਤ ਵਤਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸਵਾਉ ਆਪਣੇ ਸਵਾਸਾਂ ਨੂੰ ਸਫਲਾ ਕਰਨ ਦਾ ਇਹੀ ਤਰੀਕਾ ਹੈ ਆਠ ਪਹਿਰ ਪ੍ਰਭ ਪੇਖੋ 네ਰਾ ਫਿਰ ਸੰਗਤ ਤੋਂ ਬਾਹਰ ਜਿਹਨੂੰ ਮਹਾਰਜ ਕਹਿੰਦੇ ਨੇ ਅੱਠ ਸੱਤੀ ਪਹਿਰੀ ਸਤ ਪਲਾ ਬਹੀਏ ਪੜਿਆਂ ਪਾਸ ਅੱਠੇ ਪਹਿਰ 24 ਜਿਹੜੀ ਆਵਰਸ ਨੇ ਉਹਨਾਂ ਦੀ ਗੱਲ ਉਹਦੀ ਅੱਠ ਪਹਿਰ ਦੀ ਗੱਲ ਆਉਂਦੀ ਹੈ 3 ਘੰਟੇ ਦਾ ਹੁੰਦਾ ਹੈ ਇੱਕ ਪਹਿਰ ਤੇ ਅੱਠ ਪਹਿਰ ਹੁੰਦੇ ਨੇ 24 ਘੰਟਿਆਂ ਦੇ ਵਿੱਚ 4 ਦਿਨ ਦੇ 4 ਰਾਤ ਦੇ ਅੱਠ ਪਹਿਰ ਪ੍ਰਭ ਪੇਖੋ ਨੇਰਾ ਅੱਠੇ ਪਹਿਰ ਮਾਲਕ ਨੂੰ ਆਪਣੇ ਨੇੜੇ ਆਪਣੇ ਅੰਗ ਸੰਗ ਵਸਦਾ ਮਹਿਸੂਸ ਕਰੋ ਮਿਟੈ ਅਗਿਆਨ ਬਿਨਸੈ ਅੰਧੇਰਾ ਤੁਹਾਡਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇਗਾ ਸੁਣ ਉਪਦੇਸ਼ ਹਿਰਦੈ ਬਸਾਓ ਮੇਰੇ ਸਮੇਤ ਸਾਡੇ ਸਾਰਿਆਂ ਲਈ ਗੱਲ ਹਜ਼ੂਰ ਕਹਿੰਦੇ ਜੋ ਉਪਦੇਸ਼ ਸੁਣਦੇ ਜੇ ਨਾ ਉਹਨੂੰ ਸੁਣ ਕੇ ਤੇ ਦਿਲ ਦੇ ਵਿੱਚ ਵੀ ਵਸਾਓ ਇਹ ਨਾ ਹੋਵੇ ਸਾਨੂੰ ਇਹ ਵੀ ਸੁਣਨ ਲਈ ਮਿਲ ਜਾਂਦਾ ਹੁੰਦਾ ਹੈ ਪੀਓ ਕਹਿੰਦੇ ਹੁੰਦੇ ਵੀ ਗੁਰਦੁਆਰੇ ਦੀਆਂ ਗੱਲਾਂ ਗੁਰਦੁਆਰੇ ਰਹਿਣ ਦਿਆ ਕਰੋ ਬਾਹਰ ਨਾ ਲੈ ਕੇ ਜਾਇਆ ਕਰੋ। ਇਹ ਵੀ ਇਹ ਫਿਰ ਦੁੱਖ ਦੀ ਵਾਲੀ ਗੱਲ ਹੈ ਨਾ। ਅਸੀਂ ਜਿੱਥੇ ਜਾਣਾ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਉਹਨੂੰ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ ਵੀ ਮਹਾਰਾਜ ਦੀ ਆਹ ਗੱਲ ਹੈ ਅੱਜ ਨਹੀਂ ਐ ਕੱਲ ਹੋ ਜਾਵੇਗੀ ਮੇਰੀ ਜ਼ਿੰਦਗੀ ਦੇ ਵਿੱਚ। ਇਦਾਂ ਨਹੀਂ ਕਦੀ ਸੋਚ ਕੇ ਜਾਣਾ ਵੀ ਗੁਰਦੁਆਰੇ ਦੀਆਂ ਗੱਲਾਂ ਗੁਰਦੁਆਰੇ ਚੰਗੀਆਂ ਲੱਗਦੀਆਂ ਨੇ। ਤੇ ਫਿਰ ਇਦਾਂ ਹੀ ਆ ਘਰ ਦੀਆਂ ਗੱਲਾਂ ਵੀ ਘਰ ਹੀ ਚੰਗੀਆਂ ਲੱਗਦੀਆਂ ਨੇ। ਉਹ ਕਿੰਬਾਰ ਆਪਾਂ ਰਿਸ਼ਤੇਦਾਰੀਆਂ 'ਚ ਕਰਦੇ ਫਿਰਦੇ ਆ। ਸਮਝਦਾ ਇੱਕ ਲੈਵਲ ਹੋਣਾ ਚਾਹੀਦਾ ਹੈ ਮਰਜ਼ ਬਖਸ਼ ਲਵੇ ਹਜ਼ੂਰ ਕਹਿੰਦੇ ਭਾਈ ਉਪਦੇਸ਼ ਨੂੰ ਸੁਣੋ ਇਹ ਨਹੀਂ ਵੀ ਮੈਂ ਸੁਣਾਉਂਦਾ ਹਾਂ ਤੇ ਸੁਣੋ ਤੁਸੀਂ ਕੋਈ ਵੀ ਸੁਣਾਉਂਦਾ ਹੈ ਤੇ ਫਿਰ ਵੀ ਸੁਣ ਲਵੋ ਸੁਣ ਉਪਦੇਸ਼ ਹਿਰਦੈ ਵਸਾਓ ਉਹਨੂੰ ਦਿਲ ਦੇ ਵਿੱਚ ਵਸਾਓ ਉਹ ਦਿਲ ਦੇ ਵਿੱਚ ਪੱਕਾ ਤੇ ਹੋਵੇ ਮਨ ਇੱਛੇ ਨਾਨਕ ਫਲ ਪਾਵੋ ਜੇ ਇਸ ਨੂੰ ਵਸਾਉਂਦੇ ਹੋ ਦਿਲ ਦੇ ਵਿੱਚ ਹਜ਼ੂਰ ਕਹਿੰਦੇ ਜੋ ਤੁਸੀਂ ਮਨ ਦੇ ਵਿੱਚ ਇੱਛਾ ਰੱਖਦੇ ਹੋ ਉਸ ਫਲ ਨੂੰ ਉਸ ਗੱਲ ਨੂੰ ਉਸ ਮੁਰਾਦ ਨੂੰ ਪ੍ਰਾਪਤ ਕਰ ਲਵੋਗੇ ਫੇਰ ਸਤਿਗੁਰੂ ਕਿਰਪਾ ਕਰਦੇ ਨੇ ਹਲਤ ਪਲਤ ਦੋਏ ਲੇਹੋ ਸਵਾਰ ਸਤਿਗੁਰੂ ਕਹਿੰਦੇ ਆਪਣਾ ਹਲਤ ਤੇ ਪਲਤ ਲੋਕ ਤੇ ਪ੍ਰਲੋਕ ਆ ਸਮਾਂ ਤੇ ਆਉਣ ਵਾਲਾ ਸਮਾਂ ਇਹਨਾਂ ਦੋਵਾਂ ਨੂੰ ਹੀ ਸਵਾਰ ਲੋ ਕਿਤੇ ਪਿਆਰ ਜਿਹੇ ਦੇ ਨਾਲ ਮਰਜ਼ ਗੱਲ ਕਰਦੇ ਨੇ ਨਾ ਹਜ਼ੂਰ ਕਹਿੰਦੇ ਨੇ RAM ਨਾਮ ਅੰਤਰ ਉਰਤਾਰ ਮਾਲਕ ਦੇ ਨਾਮ ਨੂੰ ਅੰਦਰ ਵਸਾਓ ਹੋਰ ਨਾ ਚਿੰਤਾਵਾਂ ਨੂੰ ਵਾਰ-ਵਾਰ ਸੋਚੀ ਜਾਂਦੇ ਜੇ ਹੋਰ ਨਾ ਗੱਲਾਂ ਦੀ ਟੈਨਸ਼ਨ ਵਾਰ-ਵਾਰ ਕਦੀ ਉੱਚਾ ਹੋ ਗਿਆ ਕਦੀ ਨੀਵਾ ਹੋ ਗਿਆ ਇਹਨੇ ਸਾਰੇ ਨੂੰ ਛੱਡ ਕੇ ਤੇ ਨਾਮ ਨੂੰ ਦਿਲ 'ਚ ਵਸਾਓ ਆਪਣਾ ਲੋਕ ਪਰਲੋਕ ਸੌਖਾ ਕਰ ਲੋ ਵੀ ਇਹ ਇੰਨਾ ਗੱਲਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਕਿ ਮੈਂ ਬੜੀ ਚਿੰਤਾ ਕੀਤੀ ਸੀ ਚਿੰਤਾ ਕੀਤੀ ਤੇ ਕੀ ਹੋ ਗਿਆ ਰੋਗ ਲਵਾ ਲਿਆ ਬਸ ਇਹਦੇ ਤੋਂ ਵੱਧ ਕੀ ਕੀਤਾ ਹੈ ਇਸ ਕਰਕੇ ਵੈਗੁਰੂ ਬਖਸ਼ ਲਵੇ ਹਜ਼ੂਰ ਕਹਿੰਦੇ ਭਾਈ ਰੱਬ ਨੂੰ ਦਿਲ ਚ ਵਸਾਓ ਤੇ ਆਪਣੀਆਂ ਚਿੰਤਾ ਤੋਂ ਮੁਕਤ ਹੋਵੋ ਤਣਾ ਤੋਂ ਮੁਕਤੀ ਕਰਾਓ ਆਪਣੀ ਪੂਰੇ ਗੁਰ ਕੀ ਪੂਰੀ ਦੀਖਿਆ ਗੁਰੂ ਦੀ ਦੀਖਿਆ ਸਿੱਖਿਆ ਵੀ ਪੂਰੀ ਹੈ ਜੇ ਗੁਰੂ ਪੂਰਾ ਹੈ ਤੇ ਉਹਦੀ ਗੱਲ ਵੀ ਪੂਰੀ ਹੈ ਜਿਸ ਮਨ ਬਸੈ ਤਿਸ ਸੱਚ ਪਰਖਿਆ ਪਰ ਜਿਹਦੇ ਮਨ ਦੇ ਵਿੱਚ ਇਹ ਗੁਰੂ ਦੀ ਗੱਲ ਵੱਸਦੀ ਹੈ ਨਾ ਸਮਝ ਲਓ ਉਸ ਬੰਦੇ ਨੂੰ ਸੰਸਾਰ ਦੀ ਇਸ ਸਮੇਂ ਦੀ ਪਰਖ ਕਰਨੀ ਆ ਜਾਂਦੀ ਹੈ ਮਨ ਤਨ ਨਾਮ ਜਪੋ ਲਿਵ ਲਾਏ ਮਨ ਕਰਕੇ ਤੇ ਤਨ ਕਰਕੇ ਲਿਵ ਲਾ ਕੇ ਨਾਮ ਜਪੋ ਪਿਆਰ ਦੇ ਨਾਲ ਧਿਆਨ ਦੇ ਨਾਲ ਸਾਡੀ ਬਾਡੀ ਵੀ ਇਨਵੋਲਵ ਹੋਵੇ ਤੇ ਸਾਡਾ ਮਨ ਵੀ ਇਨਵੋਲਵ ਹੋਵੇ ਇਹ ਗੱਲ ਉਹਨਾਂ ਲਈ ਹੈ ਜਿਹੜੇ ਕਹਿੰਦੇ ਵੀ ਮਾਨੀ ਗੁਰਦੁਆਰੇ ਹੋਣਾ ਚਾਹੀਦਾ ਹੈ ਜੇ ਬੰਦਾ ਤਨ ਕਰਕੇ ਨਾਮ ਹੀ ਜਾਵੇ ਤੇ ਕੋਈ ਨਹੀਂ ਤੇ ਇਦਾਂ ਕਹਿ ਲਈ ਇਹਨਾ ਵੀ ਮਾਨੀ ਰੋਟੀ ਖਾ ਲਵੇ ਤਨ ਨਾਮ ਹੀ ਖਾਵੇ ਤੇ ਕੋਈ ਨਹੀਂ ਬਾਡੀ ਵੀ ਜ਼ਰੂਰੀ ਹੈ ਸੰਗਤ ਦੋ ਟਾਈਮ ਦੀ ਮਨ ਕਰਕੇ ਤੇ ਤਨ ਕਰਕੇ ਸੇਵਾ ਵੀ ਤਨ ਕਰਕੇ ਤੇ ਮਨ ਕਰਕੇ ਇਦਾਂ ਹੀ ਇਹ ਪਾਸੇ ਨੇ ਇਹਦੇ ਤੋਂ ਕੋਈ ਐਕਸਕਿਊਜ਼ ਨਹੀਂ ਆ ਵੀ ਬੰਦਾ ਬਹਾਨੇ ਮਾਰੀ ਜਾਵੇ ਜੀ ਰੱਬ ਤੇ ਦਿਲ ਦੇ ਵਿੱਚ ਹੋਣਾ ਚਾਹੀਦਾ ਹੈ ਦਿਲ 'ਚ ਨਹੀਂ ਹੈ ਤਾਂ ਹੀ ਤੇ ਬਾਹਰ ਨਹੀਂ ਆ ਰਿਹਾ ਜਿਹੜੀਆਂ ਗੱਲਾਂ ਦਿਲ 'ਚ ਹੁੰਦੀਆਂ ਨੇ ਬੰਦੇੰਦਰੋਂ ਬਾਹਰ ਨਹੀਂ ਆ ਜਾਂਦੀਆਂ ਹਜ਼ੂਰ ਕਹਿੰਦੇ ਮਨ ਤਨ ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ ਭਉ ਜਾਏ ਦੁੱਖ ਦਰਦ ਤੇ ਮਨ ਤੋਂ ਡਰ ਦੂਰ ਹੋ ਜਾਵੇਗਾ ਸੱਚ ਵਪਾਰ ਕਰੋ ਵਪਾਰੀ ਅਸੀਂ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਦੇ ਲਈ ਆਏ ਹਾਂ ਜਦੋਂ ਗੁਰੂ ਸਾਹਿਬ ਸੋਹਿਲਾ ਸਾਹਿਬ ਚ ਕਹਿੰਦੇ ਜੋ ਆ ਕੋ ਆਏ ਸੋਈ ਬਿਹੱਜ ਪਾਈ ਜਿਹਦੇ ਲਈ ਆਏ ਜੀ ਉਹਨੂੰ ਖਰਚਣ ਦੀ ਤੇ ਉਸ ਪਾਸੇ ਦੇ ਤੁਰੰਦੀ ਕੋਸ਼ਿਸ਼ ਕਰੋ ਨਾ ਸੱਚ ਵਪਾਰ ਕਰੋ ਵਪਾਰੀ ਐ ਵਪਾਰੀ ਜੀਵ ਸੱਚ ਦਾ ਵਪਾਰ ਕਰ ਸੱਚ ਇਕੱਠਾ ਕਰ ਆਪਣੇ ਅੰਦਰ ਦਰਗਹ ਨਿਭਹਿ ਖੇਪ ਤੁਮਾਰੀ ਰੱਬ ਦੇ ਘਰ ਦੇ ਵਿੱਚ ਤੇਰਾ ਸੌਦਾ ਕਬੂਲ ਹੋ ਜਾਵੇ ਜਿਦਾ ਨਕਲੀ ਸਿੱਕੇ ਬੈਂਕ ਦੇ ਵਿੱਚ ਨਹੀਂ ਨਾ ਐਕਸੈਪਟ ਹੁੰਦੇ ਮਰਦ ਕਹਿੰਦੇ ਇਦਾਂ ਨਕਲੀ ਸੌਦੇ ਰੱਬ ਦੇ ਘਰ ਦੇ ਵਿੱਚ ਵੀ ਕੀ ਐਕਸੈਪਟ ਹੋਣਗੇ ਫਿਰ ਅੱਬ ਨੂੰ ਦੱਸਾਂਗਾ ਫਿਰ ਅੱਬਾ 70 ਸਾਲ ਉਮਰ ਸੀ ਵੇਲਾ ਮੈਂ ਬੜੀ ਚਿੰਤਾ ਕਰਕੇ ਆਇਆ ਕੀ ਫਰਕ ਪਵੇ ਅਗਰ ਅੱਬ ਨੂੰ ਇਹਨਾਂ ਗੱਲਾਂ ਦੇ ਨਾਲ ਹਜ਼ੂਰ ਕਹਿੰਦੇ ਨਹੀਂ ਦਰਗਾ ਨਿਭਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਇੱਕ ਮਾਲਕ ਦੀ ਟੇਕ ਇੱਕ ਮਾਲਕ ਦਾ ਆਸਰਾ ਮਨ ਦੇ ਵਿੱਚ ਰੱਖੋ ਨਾਨਕ ਬਹੁਰ ਨ ਆਵਹਿ ਜਾਹਿ ਐ ਭਾਈ ਫਿਰ ਤੇਰਾ ਬਹੁਰ ਆਉਣਾ ਜਾਣਾ ਨਹੀਂ ਹੋਵੇਗਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏਗੋ ਫੇਰਾ ਹਜ਼ੂਰ ਕਹਿੰਦੇ ਨੇ ਤਿਸਤੇ ਦੂਰ ਕਹਾ ਕੋ ਜਾਏ ਰੱਬ ਤੋਂ ਦੂਰ ਬੰਦਾ ਜਾ ਵੀ ਕਿੱਥੇ ਝੱਕਦਾ ਹੈ ਕੋਈ ਬੰਦਾ ਸੋਚੇ ਵੀ ਨਹੀਂ ਜੀ ਮੈਂ ਤੇਰੇ ਤੋਂ ਬੜਾ ਦੂਰ ਚਲਾ ਗਿਆ ਮਛਲੀ ਪਾਣੀ ਛੱਡ ਨਹੀਂ ਸਕਦੀ ਹਾਂ ਜਿੱਥੇ ਉਹਦਾ ਕਿਤੇ ਜਨਮ ਹੋਇਆ ਉਹਦੇ ਤੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਚਲੀ ਜਾਵੇ ਰੱਬ ਨੂੰ ਛੱਡ ਨਹੀਂ ਸਕਦਾ ਬੰਦਾ ਚੇਤੇ ਦੇ ਵਿੱਚੋਂ ਨਿਕਲ ਜਾਵੇ ਉਹ ਅਲੱਗ ਗੱਲ ਹੈ ਹਜ਼ੂਰ ਕਹਿੰਦੇ ਨੇ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਬਚਣਾ ਤੇ ਉਹਨੂੰ ਧਿਆਕ ਹੀ ਹੈ ਜਿੱਦਾਂ ਸੀ ਅਰਦਾਸ ਦੇ ਵਿੱਚ ਇੱਕ ਗੱਲ ਪੜਦੇ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਅਜੇ ਤੇ ਪੱਲੇ ਖਵਾਰੀਆਂ ਪੈ ਰੀਆਂ ਨੇ ਜਿਦਣ ਬਚਣਾ ਹੈ ਉਹ ਦਿਨ ਸ਼ਰਨ ਦੇ ਵਿੱਚ ਆ ਕੇ ਬਚਣਾ ਹੈ ਜਿੰਨਾ ਮਰਜੀ ਖਵਾਰ ਹੋ ਜਵਾਂ ਮੈਂ ਆਪਣੀ ਗੱਲ ਵਿੱਚ ਕਹਿ ਰਿਹਾ ਜਿੰਨਾ ਮਰਜੀ ਦੌੜ ਭੱਜ ਲਈਏ ਅੰਤ ਨੂੰ ਫੇਰ ਇੱਥੇ ਹੀ ਆ ਕੇ ਆਉਣਾ ਪੈਣਾ ਜਿਹਨੂੰ ਮਰਜ਼ੀ ਕਹਿੰਦੇ ਨੇ ਨਾ ਇਸ ਨੂੰ ਹੋਰ ਥਾਂਉ ਨਹੀਂ ਸ਼ਬਦ ਲਾਗ ਸਵਾਰੀਆ ਇਹਨੇ ਜਦੋਂ ਸਵਾਰੀ ਜਾਣਾ ਹੈ ਦੇਹੀ ਨੇ ਸ਼ਬਦ ਨਾਲ ਹੀ ਸਵਾਰੀ ਜਾਣਾ ਹੈ ਪਟਕ ਬੰਦਾ ਜਿੱਥੇ ਮਰਜ਼ੀ ਲਵੇ ਉਬਰੇ ਰਖਨ ਹਾਰ ਧਿਆਏ ਰੱਬ ਨੂੰ ਧਿਆਕ ਹੀ ਬੰਦਾ ਬਚਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਬੰਦਾ ਨਿਰਭਉ ਵਾਹਿਗੁਰੂ ਨੂੰ ਜਪਦਾ ਹੈ ਨਾ ਉਹਦੇ ਡਰ ਸਾਰੇ ਉਤਰ ਜਾਂਦੇ ਨੇ ਉਹਨੂੰ ਕਿਸੇ ਦਾ ਡਰ ਨਹੀਂ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਸਾਡੇ ਅੰਦਰ ਕੋਈ ਵੀ ਵਹਿਮ ਪਰਮ ਏਡਾ ਵੱਡਾ ਨਹੀਂ ਹੋ ਜਾਣਾ ਚਾਹੀਦਾ ਕਿ ਸਾਨੂੰ ਵਹਿਮ ਵੱਡਾ ਲੱਗਣ ਲੱਗ ਪਵੇ ਤੇ ਸਾਨੂੰ ਬਾਣੀ ਕਿਤੇ ਛੋਟੀ ਲੱਗਣ ਲੱਗ ਪਵੇ। ਹਜ਼ੂਰ ਕਹਿੰਦੇ ਨੇ ਜਿਹੜਾ ਨਿਰਭਉ ਨੂੰ ਜਪਦਾ ਹੈ ਆਪਣੇ ਆਪ ਹੀ ਨੇ ਡਰ ਹੋ ਗਿਆ ਹੈ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਪ੍ਰਭੂ ਦੀ ਕਿਰਪਾ ਦੇ ਨਾਲ ਬੰਦਾ ਵਿਕਾਰਾਂ ਤੋਂ ਬੰਦਾ ਔਗਣਾ ਤੋਂ ਛੁੱਟ ਜਾਂਦਾ ਹੈ। ਜਿਸ ਪ੍ਰਭ ਰੱਖੇ ਤਿਸਨਾਹੀ ਦੂਖ ਜਿਹਨੂੰ ਮਾਲਕ ਆਪਣਾ ਹੱਥ ਦੇ ਕੇ ਰੱਖਦਾ ਹੈ। ਹਜ਼ੂਰ ਕਹਿੰਦੇ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ ਹੈ ਨਾਮ ਜਪਤ ਮਨ ਹੋਵਤ ਸੁਖ ਨਾਮ ਨੂੰ ਜਪਿਆਂ ਮਨ ਦੇ ਵਿੱਚ ਸੁਖ ਪੈਦਾ ਹੁੰਦਾ ਹੈ ਇਹ ਵੀ ਸਾਡੀ ਉੱਤੇ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਅਸੀਂ ਬਾਣੀ ਇਸ ਲੈਵਲ ਦੇ ਉੱਤੇ ਪੜਿਆ ਕਰੀਏ ਸਾਨੂੰ ਲੱਗੇ ਵੀ ਮੈਂ ਬਾਣੀ ਸੁਣੀ ਆ ਤੇ ਮੈਨੂੰ ਸੁਖ ਮਿਲਿਆ ਹੈ ਸਾਨੂੰ ਲੱਗੇ ਵੀ ਮੈਂ ਬਾਣੀ ਸੁਣੀ ਆ ਤੇ ਮੈਨੂੰ ਸਕੂਨ ਮਿਲਿਆ ਹੈ ਅਸੀਂ ਇਸ ਲੈਵਲ ਦੇ ਉੱਤੇ ਬਾਣੀ ਨੂੰ ਪੜ੍ਹਨਾ ਹੈ ਤੇ ਬਾਣੀ ਨੂੰ ਸਮਝਣਾ ਹੈ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਨਾਮ ਸਿਮਰਿਆ ਚਿੰਤਾ ਦੂਰ ਹੁੰਦੀ ਹੈ ਹੰਕਾਰ ਬੰਦੇ ਦਾ ਸ਼ਾਂਤ ਹੁੰਦਾ ਹੈ ਘਟਦਾ ਹੈ ਮਿਟਦਾ ਹੈ ਤਿਸ ਜਨ ਕੋ ਕੋਈ ਨਾ ਪੌਚਨਹਾਰ ਤੇ ਨਾਮ ਜਪਣ ਵਾਲੇ ਬੰਦੇ ਨੂੰ ਸਤਿਗੁਰੂ ਕਹਿੰਦੇ ਨੇ ਕੋਈ ਕੁਝ ਨਹੀਂ ਕਰ ਸਕਦਾ ਕੋਈ ਉਹਦੀ ਬਰਾਬਰੀ ਨਹੀਂ ਕਰ ਸਕਦਾ ਸਿਰ ਉੱਪਰ ਠਾਡਾ ਗੁਰਸੂਰਾ ਕਿਉਂ ਕਿਉਂਕਿ ਉਹਦੇ ਸਿਰ ਦੇ ਉੱਤੇ ਗੁਰੂ ਸੂਰਮਾ ਖਲੋਤਾ ਹੋਇਆ ਹੈ ਜਿਦਾਂ ਬੋਡੀਗਾਰਡ ਖਲੋਤਾ ਹੁੰਦਾ ਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਅੰਗੀਕਾਰ ਦਾ ਮਤਲਬ ਕੀ ਹੁੰਦਾ ਹੈ ਪੇ ਜਿਹੜਾ ਬਿਲਕੁਲ ਅੰਗ ਦੇ ਨੇੜੇ ਹੈ ਸਿਰ ਉਪਰ ਠਾਢਾ ਗੁਰਸੂਰਾ ਸਾਡੇ ਸਿਰ ਦੇ ਉੱਤੇ ਮਹਾਰਾਜ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖਲੋਤਾ ਹੈ ਹਜ਼ੂਰ ਕਹਿੰਦੇ ਨਾਨਕ ਤਾਂ ਕੇ ਕਾਰਜ ਪੂਰਾ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਉਹਨੂੰ ਕਾਦੀ ਪਰਵਾਏ ਪੇ ਮੈਂ ਤਰੀਕ ਵੇਖਣੀ ਹੈ ਪੀ ਐਨੀ ਤਰੀਕ ਨੂੰ ਕਾਰੋਬਾਰ ਸ਼ੁਰੂ ਕਰਨਾ ਜਦੋਂ ਗੁਰੂ ਸਿਰ ਤੇ ਖਲੋਤਾ ਤਾਂ ਫਿਰ ਕਾਰਜਾਂ ਨੂੰ ਪੂਰੇ ਹੋਣ ਦਾ ਡਰ ਕਾਦਾ ਹੈ ਕਿਸੇ ਵੀ ਵਹਿਮ ਦੇ ਵਿੱਚ ਨਹੀਂ ਪੈਣਾ ਮੈਂ ਫੇਰ ਵਾਰ-ਵਾਰ ਇਸ ਗੱਲ ਨੂੰ ਕਹਿ ਰਿਹਾ ਹਾਂ ਮਹਾਰਾਜ ਦੀ ਦਾ ਇਹੀ ਉਪਦੇਸ਼ ਹੈ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਹਜ਼ੂਰ ਕਹਿੰਦੇ ਉਹ ਵਹਿਗੁਰੂ ਜਿਹਦੀ ਮਤ ਪੂਰੀ ਹੈ ਮਤਲਬ ਜਿਹਨੂੰ ਕੋਈ ਭੁਲੇਖਾ ਨਹੀਂ ਲੱਗਦਾ ਅੰਮ੍ਰਿਤ ਜਾ ਕੀ ਦ੍ਰਿਸ਼ਟ ਜਿਹਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੈ ਪਵਕੇ ਕਿਰਪਾ ਹੀ ਕਿਰਪਾ ਹੈ ਦਰਸ਼ਨ ਪੇਖਤ ਉਦਰਤ ਉਦਰਤ ਸ੍ਰਿਸ਼ਟ ਜਿਹਦਾ ਦਰਸ਼ਨ ਵੇਖ ਕੇ ਕਰਕੇ ਸਾਰੀ ਸ੍ਰਿਸ਼ਟੀ ਪਾਰ ਹੋ ਜਾਂਦੀ ਹੈ ਮੁਕਤ ਹੋ ਜਾਂਦੀ ਹੈ ਚਰਨ ਕਮਲ ਜਾਕੇ ਅਨੂਪ ਜਿਸ ਵਹਿ ਗੁਰੂ ਦੇ ਕਮਲ ਵਰਗੇ ਚਰਨ ਬੜੇ ਬੇਅੰਤ ਨੇ ਅਨੂਪ ਨੇ ਸਫਲ ਦਰਸ਼ਨ ਸੁੰਦਰ ਹਰ ਰੂਪ ਉਹਦਾ ਦਰਸ਼ਨ ਸਫਲ ਹੈ ਮਤਲਬ ਇਹ ਨਹੀਂ ਕਿ ਦਰਸ਼ਨ ਕੀਤਾ ਤਾਂ ਕੁਝ ਫਾਇਦਾ ਨਹੀਂ ਹੋਇਆ ਉਹਦਾ ਦਰਸ਼ਨ ਫਲ ਦੇਣ ਵਾਲਾ ਹੈ ਸੁੰਦਰ ਹਰ ਰੂਪ ਉਹਦਾ ਰੂਪ ਬੜਾ ਸੁੰਦਰ ਹੈ ਇਹ ਉਹਦੀ ਸੁੰਦਰਤਾ ਵਾਲੇ ਪਾਸੇ ਤੋਂ ਵਿਆਖਿਆ ਹੈ ਧਨ ਸੇਵਾ ਸੇਵਕ ਪ੍ਰਮਾਣ ਮਹਾਰਜ ਕਹਿੰਦੇ ਰੱਬ ਦੀ ਸੇਵਾ ਵੀ ਧੰਨ ਤੇ ਉਸ ਸੇਵਾ ਨੂੰ ਕਰਨ ਵਾਲਾ ਸੇਵਕ ਵੀ ਪਰਮਾਨ ਹੋ ਜਾਂਦਾ ਹੈ ਰੱਬ ਦੀ ਸੇਵਾ ਵੀ ਧੰਨ ਹੈ ਸੇਵਕ ਵੀ ਪਰਮਾਨ ਅੰਤਰਜਾਮੀ ਪੁਰਖ ਪ੍ਰਧਾਨ ਵਾਹਿਗੁਰੂ ਦਿਲਾਂ ਦੀਆਂ ਜਾਣਨ ਵਾਲਾ ਹੈ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਸਭ ਤੋਂ ਸ਼੍ਰੋਮਣੀ ਹੈ ਸਭ ਤੋਂ ਹੈੱਡ ਹੈ ਜਿਸ ਮਨ ਬਸੈ ਸੋ ਹੋਤ ਨਿਹਾਲ ਹਜ਼ੂਰ ਕਹਿੰਦੇ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਵਸ ਜਾਂਦਾ ਹੈ ਉਹ ਨਿਹਾਲ ਹੋ ਗਿਆ ਉਹ ਸਮਝ ਲਓ ਕਿ ਸੰਤੁਸ਼ਟ ਹੋ ਗਿਆ ਹੈ ਤਾਕੇ ਨਿਕਟ ਨਾ ਆਵਤ ਕਾਲ ਮੌਤ ਦਾ ਡਰ ਉਹਦੇ ਨੇੜੇ ਨਹੀਂ ਹੁੰਦਾ ਹੈ ਫਿਰ ਅਮਰ ਭਏ ਅਮਰਾ ਪਦ ਪਾਇਆ ਉਹ ਮਨੁੱਖ ਅਮਰ ਹੋ ਗਏ ਉਹਨਾਂ ਨੇ ਅਮਰ ਪਦ ਪਾ ਲਿਆ ਅਮਰ ਪਦ ਦਾ ਮਤਲਬ ਹੁੰਦਾ ਹੈ ਜਿਦੇ ਵਿੱਚ ਮੌਤ ਦਾ ਡਰ ਨਹੀਂ ਹੈ ਜਿਦੇ ਵਿੱਚ ਮੌਤ ਦੀ ਚਿੰਤਾ ਨਹੀਂ ਹੈ ਸਾਧ ਸੰਗ ਨਾਨਕ ਹਰ ਧਿਆਇਆ ਸਾਧੂ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਜਿਨ੍ਹਾਂ ਨੇ ਆ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਸਤਗੁਰੂ ਕਹਿੰਦੇ ਉਹ ਅਮਰ ਹੋ ਗਏ ਇੱਕ ਅਮਰ ਹੁੰਦੇ ਨੇ ਜਿਹੜੇ ਸੋਚਦੇ ਨੇ ਕਿ ਫਲ ਖਾ ਲੋਗੇ ਤੇ ਬਾਅਦ ਚ ਮੌਤ ਨਹੀਂ ਆਵੇਗੀ ਨਹੀਂ ਇਦਾਂ ਦੇ ਅਮਰਤਵ ਨਹੀਂ ਸਤਿਗੁਰੂ ਕਹਿੰਦੇ ਇਹ ਅਮਰਤਵ ਇਹ ਹੈ ਜਦੋਂ ਮਾਲਕ ਅੰਦਰ ਦਿਲ ਦੇ ਵਿੱਚ ਵਸ ਗਿਆ ਹੈ ਤਾਂ ਕਿ ਐ ਨਿਕਟਣਾ ਆਵਤਕਾਲ ਫਿਰ ਮੌਤ ਦਾ ਡਰ ਦੂਰ ਹੋ ਗਿਆ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਪਵਨ ਅਸ਼ਟਪਦੀ ਨੂੰ ਅਸੀਂ ਵਿਚਾਰਿਆ ਹੈ ਮਾਲਕ ਆਪ ਹੀ ਸਾਰੀਆਂ ਥਾਵਾਂ ਤੇ ਵਰਤਦਾ ਪਿਆ ਹੈ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਉਸ ਅਨੇਕਤਾ ਦੇ ਵਿੱਚੋਂ ਅਸੀਂ ਏਕਤਾ ਨੂੰ ਕਿੱਦਾਂ ਵੇਖਦੇ ਹਾਂ ਦਾਤਾਰ ਕਿਰਪਾ ਕਰਨ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦੇ ਹੁਈਆਂ ਪੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ